ਲਾਈਵ ਪ੍ਰੋਗਰਾਮ ਦੇ ਵਿੱਚ ਜਿਹੜਾ ਅਸੀਂ 62ਵਾਂ ਲਾਈਵ ਪ੍ਰੋਗਰਾਮ ਕਰ ਰਹੇ ਹਾਂ। ਜਿਵੇਂ ਤੁਹਾਡੇ ਨਾਲ ਅਸੀਂ ਜ਼ਿਕਰ ਕੀਤਾ ਸੀਗਾ, ਵਿਸ਼ੇਸ਼ ਕਰਕੇ ਅਸੀਂ ਨਰਮਾ ਕਪਾਹ ਪੱਟੀ ਦੇ ਵਿੱਚ ਜਿਹੜੇ ਪ੍ਰਮੁੱਖ ਵਿਗਿਆਨੀ ਸਾਡੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕੀਟ ਵਿਗਿਆਨੀ ਡਾਕਟਰ ਵਿਜੇ ਕੁਮਾਰ, ਜੋ ਇੱਕ ਅਥਾਰਟੀ ਵਾਂਗੂ ਉੱਧਰ ਵਿਚਰਦੇ ਨੇ। ਸਾਰਾ ਸੀਜ਼ਨ ਆਪਾਂ ਜੇ ਕਹੀਏ, ਉਹ ਸੀਜ਼ਨ ਇਹਨਾਂ ਨੇ ਖੇਤਾਂ ਦੇ ਵਿੱਚ ਲਾਉਣਾ ਹੁੰਦਾ, ਪਰ ਉੱਥੋਂ ਕੁਝ ਸਰਵੇਖਣ ਕਰਨ ਤੋਂ ਬਾਅਦ, ਉੱਥੋਂ ਕੁਝ ਫੀਡਬੈਕ ਲੈਣ ਤੋਂ ਬਾਅਦ ਸਾਡੇ ਨਾਲ ਇਹੋ ਜਿਹੇ ਪ੍ਰੋਗਰਾਮ ਤੁਹਾਡੇ ਮੁਖਾਤਬ ਹੁੰਦੇ ਰਹਿੰਦੇ ਨੇ। ਡਾਕਟਰ ਵਿਜੇ ਕੁਮਾਰ, ਤੁਹਾਡਾ ਪਹਿਲਾਂ ਤਾਂ ਸਵਾਗਤ ਹੈ ਜੀ, ਤੁਸੀਂ ਸਾਡੇ ਪਾਠਕਾਂ ਦੇ ਨਾਲ ਗੱਲਬਾਤ ਕਰਨ ਲਈ ਆਏ ਹੋ। ਡਾਕਟਰ ਸਾਹਿਬ, ਸ਼ੁਰੂਆਤ ਇੱਥੋਂ ਕਰਦੇ ਹਾਂ, ਜਿਹੜੇ ਰਸ ਚੂਸਣ ਵਾਲੇ ਕੀੜੇ ਹੈ, ਕਿਉਂਕਿ ਤੁਸੀਂ ਜੋ ਗੱਲ ਕਰਦੇ ਸੀਗੇ, ਤੁਸੀਂ ਸਰਵੇਖਣ ਕਰਕੇ ਆਏ ਪੂਰੇ ਪੰਜਾਬ ਦੇ ਵਿੱਚ ਨਰਮਾ ਕਪਾਹ ਪੱਟੀ ਦੇ ਵਿੱਚ, ਰਸ ਚੂਸਣ ਵਾਲੇ ਕੀੜਿਆਂ ਦੇ ਵਿੱਚੋਂ ਜੇ ਚਿੱਟੀ ਮੱਖੀ ਕਹੀਏ, ਇਸ ਵੇਲੇ ਪ੍ਰਮੁੱਖ ਕੀੜਾ ਬਣ ਰਿਹਾ। ਇਹ ਚਿੱਟੀ ਮੱਖੀ ਦਾ ਜੋ ਜੀਵਨ ਕਾਲ ਹੈ, ਉਹ ਜੀਵਨ ਚੱਕਰ ਬਾਰੇ ਪਹਿਲਾਂ ਤਾਂ ਉੱਥੋਂ ਸ਼ੁਰੂਆਤ ਕਰੋ, ਫਿਰ ਉਹਦੇ ਬਾਅਦ ਅਗਲੀ ਗੱਲ ਕਰਦੇ ਹਾਂ ਜੀ। ਧੰਨਵਾਦ ਡਾਕਟਰ ਸਾਹਿਬ। ਸਭ ਤੋਂ ਪਹਿਲਾਂ ਮੇਰੇ ਜਿਹੜੇ ਪਿਆਰੇ ਕਿਸਾਨ ਵੀਰ ਨੇ, ਉਹਨਾਂ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ। ਸੋ ਜਿਵੇਂ ਕਿ ਚਿੱਟੀ ਮੱਖੀ ਦਾ ਜ਼ਿਕਰ ਕੀਤਾ, ਕਿ ਨਰਮੇ ਕਪਾਹ ਦੇ ਉੱਤੇ ਬਿਜਾਈ ਤੋਂ ਲੈ ਕੇ ਅਤੇ ਉਹਦੀ ਚੁਗਾਈ ਤੱਕ ਵੱਖ ਵੱਖ ਸਮੇਂ 'ਤੇ ਅਲੱਗ ਅਲੱਗ ਤਰ੍ਹਾਂ ਦੇ ਕੀੜੇ ਮਕੌੜੇ ਹਮਲਾ ਕਰਦੇ ਨੇ। ਜੀ। ਜਿਵੇਂ ਕਿ ਡਾਕਟਰ ਅਨਲ ਜੀ ਨੇ ਤੁਹਾਨੂੰ ਦੱਸਿਆ ਹੈਗਾ ਕਿ ਉਹਨਾਂ 'ਚੋਂ ਚਿੱਟੀ ਮੱਖੀ ਇੱਕ ਸਾਡਾ ਪ੍ਰਮੁੱਖ ਕੀੜਾ ਹੈਗਾ। ਜੀ। ਸੋ ਇਸ ਟਾਈਮ ਦੇ ਉੱਤੇ ਅਸੀਂ ਜਦੋਂ ਸਰਵੇਖਣ 'ਚ ਅਸੀਂ ਦੇਖਦੇ ਹੈਗੇ ਹਾਂ, ਤਾਂ ਸਾਨੂੰ ਅਜੇ ਕੋਈ ਉਹਦਾ ਕੋਈ ਆਰਥਿਕ ਆਧਾਰ ਤੱਕ ਇਹਦੀ ਕੋਈ ਪਾਪੂਲੇਸ਼ਨ ਜਿਹੜੀ ATL ਤੱਕ ਅਜੇ ਪਹੁੰਚੀ ਨਹੀਂ ਹੈਗੀ ਇਹਦੀ ਜਨਸੰਖਿਆ। ਅੱਛਾ। ਸਾਨੂੰ ਇਸ ਤਰ੍ਹਾਂ ਦਾ ਕਿਸੇ ਤਰ੍ਹਾਂ ਦਾ ਡਰਨ ਦੀ ਲੋੜ ਨਹੀਂ ਹੈ। ਡਾਕਟਰ ਸਾਹਿਬ, ਮੈਂ ਵਿੱਚੋਂ ਰੋਕ ਰਿਹਾ ਜੀ, ਮੈਂ ਕਿਉਂਕਿ ਵੀ ਚਾਹੁੰਦਾ ਵੀ ਕੁਝ ਸਾਡੇ ਸਾਥੀ ਜਾਣੂ ਹੋਣਗੇ ਇਸ ਚੀਜ਼ ਦੇ, ਜਿਹੜਾ ਤੁਸੀਂ ਆ ਸ਼ਬਦ ਵਰਤੇ ਆਰਥਿਕ ਕਗਾਰ, ਪਹਿਲਾਂ ਤੁਸੀਂ ਇਹਦੇ ਬਾਰੇ ਵੀ ਤੁਸੀਂ ਸ਼ੰਕੇ ਦੂਰ ਕਰਦੇ ਹੋ, ਅੱਗੇ ਗੱਲ ਆਪਾਂ ਉਦੋਂ ਬਾਅਦ ਤੋਰਾਂਗੇ ਜੀ। ਇਹ ਆਰਥਿਕ ਅਗਾਰ ਇੱਕ ਉਹ ਲੈਵਲ ਹੁੰਦਾ ਹੈਗਾ, ਉਸ ਕੀੜੇ ਦੀ ਜਨਸੰਖਿਆ ਜਿਸ ਲੈਵਲ 'ਤੇ ਉਹ ਪਹੁੰਚ ਜਾਂਦੀ ਹੈ, ਉਸ ਤੋਂ ਬਾਅਦ ਸਾਨੂੰ ਜੇ ਸਪਰੇਅ ਕਰ ਦਾਂਗੇ ਤਾਂ ਉਹਦੀ ਪ੍ਰੋਪਰ ਰੋਕਥਾਮ ਹੋ ਜਾਣੀ ਹੈਗੀ। ਜੇ ਉਸ ਤੋਂ ਲੈਵਲ ਵੱਧ ਜਾਂਦਾ ਹੈਗਾ ਤਾਂ ਫਿਰ ਉਸ ਤੋਂ ਬਾਅਦ ਸਾਡੀ ਫਸਲ ਦਾ ਨੁਕਸਾਨ ਪਹੁੰਚਾਇਆ ਜਾਂਦਾ ਪਹੁੰਚ ਜਾਂਦਾ। ਸੋ ਜਿਵੇਂ ਕਿ ਚਿੱਟੀ ਮੱਖੀ ਵਾਸਤੇ ਸਾਡਾ ਜਿਹੜਾ ਆਰਥਿਕ ਅਗਾਰ ਹੈਗਾ, ਜਿਹਨੂੰ ਅਸੀਂ ATL ਕਹਿ ਦਿੰਦੇ ਹਾਂ, ਇਕਨੋਮਿਕ ਥ੍ਰੈਸ਼ਹੋਲਡ ਲੈਵਲ ਕਹਿੰਦੇ ਹਾਂ, ਉਹ ਸਾਡਾ 6 ਬਾਲਗ ਮੱਖੀਆਂ ਨੇ ਪ੍ਰਤੀ ਪੱਤਾ। ਜੇ ਉੱਪਰਲੀ ਛਤਰੀ 'ਤੇ ਅਸੀਂ 3 ਪੱਤਿਆਂ ਨੂੰ ਦੇਖੀਏ ਅਤੇ ਉਹਨਾਂ 'ਚੋਂ ਜੇ ਪ੍ਰਤੀ ਪੱਤਾ 'ਚ 6 ਬਾਲਗ ਮੱਖੀਆਂ ਨਜ਼ਰ ਆਉਂਦੀਆਂ ਨੇ ਅਤੇ ਉਹ ਸਾਡਾ ਇੱਕ ਆਰਥਿਕ ਅਗਾਰ ਹੈਗਾ। ਠੀਕ ਹੈ। ਉਸ ਸਮੇਂ ਦੇ ਉੱਤੇ ਸਾਨੂੰ ਜਿਹੜੀ ਹੈਗੀ ਉਸ ਤੋਂ ਅੱਗੇ ਨਹੀਂ ਵਧਣ ਦੇਣਾ ਚਾਹੀਦਾ, ਸਾਨੂੰ ਸਪਰੇਅ ਕਰਨੀ ਚਾਹੀਦੀ ਹੈਗੀ ਹੈ। ਠੀਕ ਹੈ ਜੀ। ਪਰ ਇਸ ਟਾਈਮ 'ਤੇ ਜਿਵੇਂ ਕਿ ਮੈਂ ਅੱਗੇ ਗੱਲ ਕਰ ਰਿਹਾ ਸੀਗਾ, ਜਿਹੜਾ ਸਰਵੇਖਣ ਦੇ ਆਧਾਰ 'ਤੇ ਸਾਨੂੰ ਪਤਾ ਲੱਗਿਆ ਵੀ ਅਜੇ ਜ਼ਿਆਦਾਤਰ ਖੇਤਾਂ ਦੇ ਉੱਤੇ ਜੀ ਫਸਲ ਦੇ ਵਿੱਚ ਅਜੇ ਜਿਹੜਾ ਆਰਥਿਕ ਅਗਾਰ ਉਹਦਾ ਲੈਵਲ ਨਹੀਂ ਪਹੁੰਚਿਆ। ਪਰ ਇਹਦਾ ਮਤਲਬ ਇਹ ਵੀ ਨਹੀਂ ਹੈਗਾ ਕਿ ਅਸੀਂ ਉਸ ਤਰ੍ਹਾਂ ਅਵੇਸਲੇ ਰਹਿ ਜਾਈਏ, ਆਪਾਂ ਲਗਾਤਾਰ ਹਰ ਹਫ਼ਤੇ ਖੇਤ ਦਾ ਨਿਰੀਖਣ ਕਰਦੇ ਰਹਿਣਾ ਹੈਗਾ। ਜੀ। ਸੋ ਕਾਫ਼ੀ ਮਾਲਵੇ ਪੱਟੀ 'ਚ ਕਾਫ਼ੀ ਖੇਤਾਂ 'ਚ ਬਾਰਿਸ਼ ਵੀ ਪੈ ਗਈ ਹੈਗੀ ਹੈ, ਇਹ ਵੀ ਇੱਕ ਬਹੁਤ ਵਧੀਆ ਕੰਮ ਕਰੇਗੀ, ਖੁਰਾਕ ਦੀ ਤਰ੍ਹਾਂ ਕੰਮ ਕਰੇਗੀ, ਤੁਹਾਡੀ ਫਸਲ ਜਿਹੜੀ ਵਧੀਆ ਹੋਏਗੀ। ਇਹਦੇ ਨਾਲ ਜਿਹੜਾ ਖੁਰਾਕੀ ਪ੍ਰਬੰਧਨ ਹੈ ਉਹ ਕਰਦੇ ਰਹੋ, ਪਰ ਚਿੱਟੀ ਮੱਖੀ ਵਾਸਤੇ ਲਗਾਤਾਰ ਜਿਹੜਾ ਸਰਵੇਖਣ ਕਰਦੇ ਰਹਿਣਾ ਚਾਹੀਦਾ ਹੈਗਾ, ਕਿਉਂਕਿ ਇਹ ਹੁਣ ਇਹ ਮੌਸਮ ਇਹੋ ਜਿਹਾ ਬਣਿਆ ਹੋਇਆ ਕਿ ਹੁਣ ਇਹ ਕਦੇ ਵੀ ਅਗਲੇ ਹਫ਼ਤੇ 10 ਦਿਨ ਜਿਹਦੀ ਜਨਸੰਖਿਆ ਵੱਧ ਸਕਦੀ ਹੈਗੀ। ਜੀ 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 ਜੀ। ਸੋ ਉਸ ਤੋਂ ਸਾਨੂੰ ਸੁਚੇਤ ਰਹਿਣ ਦੀ ਲੋੜ ਹੈਗੀ ਹੈ। ਡਾਕਟਰ ਸਾਹਿਬ, ਤੁਸੀਂ ਦੂਜਾ ਹੁਣ ਇਹ ਆ ਜੋ ਸਰਵੇਖਣ ਤੁਸੀਂ ਕਰਦੇ, ਤੁਸੀਂ ਇਸ ਚੀਜ਼ ਦੇ ਮਾਹਰ ਵੀ ਹੈ, ਦੱਸਿਓ ਇਹ ਜਿਹੜਾ ਬੂਟੇ ਜਿਹੜੇ ਚਿੱਟੀ ਮੱਖੀ ਨਾਲ ਪ੍ਰਭਾਵਿਤ ਹੁੰਦੇ ਆ, ਉਹ ਉਹ ਉਹਦੀਆਂ ਨਿਸ਼ਾਨੀਆਂ, ਉਹਦੇ ਚਿੰਨ, ਉਹ ਕਿੱਦਾਂ ਦੇ ਤੁਹਾਨੂੰ ਵੇਖਣ ਮਿਲਦੇ ਆ ਜੀ? ਸੋ ਇੱਕ ਬਹੁਤ ਅਹਿਮ ਸਵਾਲ ਹੈਗਾ, ਚਿੱਟੀ ਮੱਖੀ ਜਿਹੜੀ ਹੈਗੀ ਇਹਦੇ ਬੱਚੇ ਅਤੇ ਬਾਲਗ ਦੋਨੋਂ ਹੀ ਰਸ ਚੂਸਦੇ ਨੇ। ਅੱਛਾ ਜੀ। ਸੋ ਜਿਹੜੀ ਬਾਲਗ ਮੱਖੀ ਹੈਗੀ ਆ, ਇਹ ਜਾਣ ਤੋਂ ਪਹਿਲਾਂ ਆਂਡੇ ਦੇ ਜਾਂਦੀ ਆ, ਆਂਡੇ ਦੇ ਵਿੱਚੋਂ ਜਿਹੜਾ ਬੱਚਾ ਨਿਕਲਦਾ, ਆਂਡਾ ਸਾਡੀ ਫਸਲ ਦਾ ਕੋਈ ਨੁਕਸਾਨ ਨਹੀਂ ਕਰਦਾ, ਠੀਕ ਹੈ, ਪਰ ਉਹਦੇ 'ਚ ਗਾਂ ਅੱਗੇ ਪਹਿਲੀ ਅਵਸਥਾ ਦਾ ਬੱਚਾ ਨਿਕਲਦਾ ਹੈਗਾ, ਉਹ ਪੱਤੇ ਤੋਂ ਥੋੜ੍ਹਾ ਜਿਹਾ ਹਿਲਦਾ ਹੈਗਾ, ਪਰ ਉਸੇ ਪੱਤੇ 'ਤੇ ਰਹਿੰਦਾ ਹੈਗਾ ਉਹਦਾ ਆਂਡੇ 'ਚੋਂ ਬੱਚਾ ਨਿਕਲ ਕੇ। ਉਹ ਪੱਤੇ ਦੇ 'ਚ ਆਪਣਾ ਜਿਹੜੇ ਸਰਿੰਜ ਬਣਾ ਕੇ, ਜਿਹੜੀ ਉਹਦੇ ਮੂੰਹ ਦੇ 'ਚ ਮਾਊਥ ਪਾਰਟ ਇਸ ਤਰ੍ਹਾਂ ਦੇ ਬਣੇ ਹੁੰਦੇ, ਮੂੰਹ ਦੀ ਬਣਤਰ, ਕਿ ਉਹਦੇ ਵਿਚਕਾਰ ਆਪਣੀ ਸਰਿੰਜ ਫਸਾ ਕੇ ਉਹਦੇ ਵਿਚਕਾਰ ਬੈਠ ਜਾਂਦਾ ਹੈਗਾ। ਅੱਛਾ। ਉਸ ਤੋਂ ਬਾਅਦ ਉਸ ਤੋਂ ਦੂਜੀ ਅਵਸਥਾ, ਤੀਸਰੀ ਅਵਸਥਾ ਅਤੇ ਚੌਥੀ ਅਵਸਥਾ ਜਿਹਨੂੰ ਪਿਊਪਾ ਕਹਿ ਦਿੰਦੇ ਆਪਾਂ, ਉਹਨਾਂ ਅਗਲੀਆਂ ਤਿੰਨੇ ਅਵਸਥਾਵਾਂ 'ਚ ਉੱਥੇ ਹੀ ਟਿਕਿਆ ਰਹਿੰਦਾ ਹੈਗਾ। ਜੀ। ਉੱਥੋਂ ਰਸ ਚੂਸੀ ਜਾਂਦਾ ਹੈਗਾ, ਰਸ ਚੂਸਦਾ ਅਤੇ ਪੱਤਾ ਜਿਹੜਾ ਖੱਟਾ ਪੀਲਾ ਪੈਣਾ ਸ਼ੁਰੂ ਹੁੰਦਾ ਹੈਗਾ। ਠੀਕ ਹੈ। ਉਸ ਤੋਂ ਬਾਅਦ ਇਹ ਆਪਣਾ ਮਲਮੂਤਰ ਤਿਆਗਦੇ ਨੇ, ਜਿਹੜਾ ਮਲਮੂਤਰ ਤਿਆਗਦਾ ਹੈਗਾ ਉਹ ਪੱਤੇ ਦੇ ਉੱਤੇ ਬੈਠਦਾ, ਹਵਾ ਦੇ ਵਿੱਚ ਜਿਹੜੀ ਉੱਲੀ ਹੁੰਦੀ ਹੈ ਕਾਲੇ ਰੰਗ ਦੀ ਜਿਹਨੂੰ ਆਪਾਂ ਕਹਿ ਦਿੰਦੇ, ਉਹ ਉੱਤੇ ਬੈਠ ਜਾਂਦੀ ਹੈ। ਅੱਛਾ ਜੀ। ਕਿਉਂਕਿ ਉਹ ਉੱਲੀ ਨੂੰ ਭੋਜਨ ਮਿਲਦਾ ਹੈਗਾ, ਜਿਹੜਾ ਇਹਨੇ ਹਨੀ ਡਿਊ ਪਦਾਰਥ ਜਿਹੜਾ ਛੱਡਿਆ ਜਿਹੜਾ ਹੈਗਾ ਬੱਚੇ ਨੇ ਖਾ ਕੇ ਰਸ ਚੂਸਣ ਤੋਂ ਬਾਅਦ, ਉਹਦੇ ਮਲਮੂਤਰ ਦੇ ਉੱਤੇ ਉਹ ਬੈਠ ਜਾਂਦੀ ਹੈ ਅਤੇ ਪੱਤਾ ਜਿਹੜਾ ਕਾਲਾ ਫਿਰ ਜਾਂਦਾ। ਅਤੇ ਜਿਵੇਂ ਕਿ ਅਸੀਂ ਜਾਣਦੇ ਕਿ ਪੱਤਾ ਕਾਲਾ ਫਿਰ ਗਿਆ, ਤਾਂ ਫਿਰ ਉਹਦੀ ਜਿਹੜੀ ਭੋਜਨ ਬਣਾਉਣ ਦੀ ਪ੍ਰਕਿਰਿਆ ਖਤਮ ਹੋ ਜਾਣੀ, ਅਤੇ ਜਦੋਂ ਭੋਜਨ ਬਣਾਉਣ ਦੀ ਪ੍ਰਕਿਰਿਆ ਖਤਮ ਹੋ ਗਈ ਤਾਂ ਉਹਨੂੰ ਕੋਈ ਫੁੱਲ ਡੋਡੀ ਟਿੰਡੇ ਲੱਗਣੇ ਨਹੀਂ। ਜਦੋਂ ਫੁੱਲ ਡੋਡੀ ਟਿੰਡੇ ਨਾ ਲੱਗੇ ਤਾਂ ਫਿਰ ਆਪਾਂ ਉਹਦੀ ਜਿਹੜੀ ਹੈਗੀ ਵੀ ਖੇਤ ਸਾਡਾ ਜਿਹੜਾ ਦੂਰੋਂ ਹੀ ਕਿਹੜਾ ਕਾਲਾ ਭਾਅ ਮਾਰਦਾ ਦਿਖਾਈ ਦਿੰਦਾ ਹੈਗਾ। ਅੱਛਾ, ਠੀਕ ਹੈ ਜੀ। ਅਤੇ ਡਾਕਟਰ ਸਾਹਿਬ, ਅਗਲੀ ਗੱਲ ਇਹ ਆ ਜਾਂਦੀ ਹੈ, ਇਹਦੇ ਸਰਵਪੱਖੀ ਕੀਟ
ਸੋ ਇੱਕ ਬਹੁਤ ਅਹਿਮ ਮੁੱਦਾ ਕਿ ਕਈ ਵਾਰੀ ਸਾਡੇ ਮਨ ਦੇ ਵਿੱਚ ਬਣੀ ਹੁੰਦੀ ਵੀ ਸਿਰਫ ਕੈਮੀਕਲ ਤਰੀਕਿਆਂ ਨਾਲ ਹੀ ਅਸੀਂ ਇਹਦੀ ਰੋਕਥਾਮ ਕਰ ਸਕਦੇ ਹਾਂ। ਬਹੁਤ ਸਾਰੇ ਗੈਰ ਰਸਾਇਣਿਕ ਤਰੀਕੇ ਵੀ ਜਿਹੜੇ ਯੂਨੀਵਰਸਿਟੀ ਵੱਲੋਂ ਵਿਕਸਿਤ ਕੀਤੇ ਗਏ ਨੇ ਔਰ ਉਹਨਾਂ ਨੂੰ ਅਸੀਂ ਕਿਤਾਬਬੰਦ ਵੀ ਕੀਤਾ, ਜਿਵੇਂ ਕਿ ਡਾਕਟਰ ਸਾਹਿਬ ਨੇ ਪਹਿਲਾਂ ਤੁਹਾਨੂੰ ਦੱਸਿਆ ਵੀ ਸੌਣੀ ਦੀ ਕਿਤਾਬ ਜਿੱਦਾਂ ਸਾਡੀ ਹੈਗੀ ਆ ਉਹ 'ਚ ਨਰਮੇ ਕਪਾਹ ਦੇ 'ਚ ਅਸੀਂ ਸਾਰਾ ਇਹ ਜਿਹੜਾ ਕੀੜੇ ਨੇ ਰਸ ਚੂਸਣ ਵਾਲੇ ਕੀੜੇ ਨੇ ਜਾਂ ਸੁੰਡੀਆਂ ਦੀ ਰੋਕਥਾਮ ਕਿਵੇਂ ਕੀਤੀ ਜਾ ਸਕਦੀ ਹੈਗੀ ਆ। ਸੋ ਸਭ ਤੋਂ ਪਹਿਲਾਂ ਤਾਂ ਇਹ ਹੈ ਵੀ ਜਿਹੜੇ ਗੈਰ ਰਸਾਇਣਿਕ ਤਰੀਕਿਆਂ 'ਚ ਵੀ ਸਾਨੂੰ ਸਮੇਂ ਸਿਰ, ਕਿਉਂਕਿ ਸਮਾਂ ਹੁਣ ਨਿਕਲ ਚੁੱਕਾ ਹੈਗਾ, ਸਮੇਂ ਸਿਰ ਬਿਜਾਈ ਕਰਨੀ ਚਾਹੀਦੀ ਹੈ। 15 ਮਈ ਤੱਕ ਸਾਡੀ ਬਿਜਾਈ ਦਾ ਸਮਾਂ ਹੁੰਦਾ, ਜਿਹੜੀ ਸਮੇਂ 'ਤੇ ਬਿਜਾਈ ਕੀਤੀ ਹੈ ਉਹਦੇ 'ਚ ਕੀੜਾ ਮਕੌੜਾ ਵੈਸੇ ਹੀ ਘੱਟ ਪੈਂਦਾ ਹੈਗਾ। ਦੂਸਰਾ, ਜਿਹੜੀਆਂ ਅਸੀਂ ਸਿਫਾਰਿਸ਼ ਕਿਸਮਾਂ ਨੇ ਉਹਨਾਂ ਦੀ ਵਰਤੋਂ ਕਰਨੀ ਚਾਹੀਦੀ ਹੈਗੀ ਹੈ। ਤੀਸਰਾ ਜਿਹੜਾ ਹੈਗਾ ਵੀ ਜੇ ਚਿੱਟੀ ਮੱਖੀ 4 ਤੋਂ 6 ਦੇ, 6 ਦੇ ਤੋਂ ਬਾਅਦ ਤਾਂ ਅਸੀਂ ਕੈਮੀਕਲ ਸਪਰੇ ਕਰਦੇ ਹਾਂ, ਜਦੋਂ ਜਨਸੰਖਿਆ ਉਹਦੀ 4 ਤੋਂ 6 ਦੇ ਵਿਚਕਾਰ ਪਹੁੰਚ ਜਾਂਦੀ ਹੈ, ਖਾਸ ਤੌਰ 'ਤੇ ਜਿੱਥੇ ਨਰਮਾ ਪੱਟੀ 'ਚ ਜਿਨ੍ਹਾਂ ਨੇ 2.5-3 ਮਹੀਨੇ ਹੋ ਚੁੱਕੇ ਨੇ, 75-80 ਦਿਨ ਦੀ ਫਸਲ ਹੋ ਚੁੱਕੀ ਹੈ, ਉੱਥੇ ਤੁਹਾਨੂੰ ਚਿੱਟਾ ਮੱਛਰ ਜਿਹੜਾ ਉਹ 4 ਦੇ ਲੈਵਲ ਤੱਕ ਤੁਹਾਨੂੰ ਮਿਲ ਜਾਣਾ ਹੈਗਾ। ਸੋ ਉਹਨਾਂ ਖੇਤਾਂ ਦਾ ਆਪਣਾ ਨਿਰੀਖਣ ਕਰੋ ਜਿੱਥੇ ਸਾਨੂੰ ਕਿਤੇ ਜਨਸੰਖਿਆ 4 ਤੋਂ 6 ਦੇ ਵਿੱਚ ਮਿਲਦੀ ਹੈ ਪ੍ਰਤੀ ਪੱਤਾ ਚਿੱਟੀ ਮੱਖੀ ਦੀ, ਉੱਥੇ ਅਸੀਂ ਇੱਕ PAE ਵੱਲੋਂ ਨਿੰਮ ਦਾ ਘੋਲ ਦੀ ਸਿਫਾਰਿਸ਼ ਕਰਦੇ ਹੈਗੇ। ਹਾਂਜੀ ਬਿਲਕੁਲ ਜੀ। ਸੋ ਨਿੰਮ ਦਾ ਘੋਲ ਇਸ ਤਰ੍ਹਾਂ ਤਿਆਰ ਕਰਨ ਦੀ ਵਿਧੀ ਉਸ ਤਰ੍ਹਾਂ ਤੁਹਾਨੂੰ ਮੈਂ ਦੱਸ ਦਿੰਦਾ। ਉਹ ਦੱਸੋ ਜੀ। ਉਹ ਤੁਸੀਂ ਘਰੇ ਆਪਣਾ ਘੋਲ ਬਣਾ ਕੇ ਉਹਦੀ ਵਰਤੋਂ ਕਰ ਸਕਦੇ ਹੈਗੇ, ਜੇ ਸਾਡੀ ਕਿਤਾਬਾਂ 'ਚ ਵੀ ਉਹਨੂੰ ਸਿਫਾਰਿਸ਼ ਕਰ ਦਿੱਤਾ ਗਿਆ ਹੈਗਾ। ਸੋ ਉਹਦੇ ਵਾਸਤੇ ਕੀ ਕਰਨਾ ਵੀ 4 ਕਿਲੋ ਨਿੰਮ ਦੀਆਂ ਆਪਾਂ ਨਮੋਲੀਆਂ ਅਤੇ ਪੱਤੇ ਜਿਹੜੇ ਗ੍ਰੀਨ ਟਾਹਣੀਆਂ ਨੇ ਉਹ ਆਪਾਂ ਲੈ ਲੈਣੀਆਂ ਹੈਗੀਆਂ ਨੇ। ਸੋ ਉਹ ਉਹਨਾਂ ਨੂੰ ਅਸੀਂ 10 ਲੀਟਰ ਪਾਣੀ 'ਚ ਭਿਉਂ ਲੈਣਾ ਹੈਗਾ। ਉਸ ਤੋਂ ਬਾਅਦ ਉਹਨੂੰ ਬੋਇਲ ਕਰਨਾ ਹੈਗਾ, ਕੋਈ ਵੀ ਖੁੱਲ੍ਹਾ ਭਾਂਡਾ ਹੈਗਾ, ਪੀਪਾ ਹੈਗਾ ਜਾਂ ਕੋਈ ਵੀ ਕੜਾਹਾ ਹੈਗਾ ਤੁਹਾਡੇ ਕੋਲ ਆਪਣੇ ਪਿੰਡ 'ਚ, ਸੋ ਉੱਥੇ ਆਪਾਂ ਮੋਟਰ 'ਤੇ ਰੱਖਿਆ ਹੈਗਾ, ਉੱਥੇ ਅਸੀਂ ਉਹਨੂੰ ਗਰਮ ਕਰਨਾ ਹੈਗਾ ਅਤੇ ਉਸ ਤੋਂ ਬਾਅਦ ਉਹਨੂੰ ਉਬਾਲਣਾ ਸ਼ੁਰੂ ਕਰਨਾ। ਜਦੋਂ 1/2 ਘੰਟਾ ਉਬਲ ਜੇ ਉਸ ਤੋਂ ਬਾਅਦ ਅਸੀਂ ਉਹਨੂੰ ਥੱਲੇ ਰੱਖ ਦੇਣਾ ਹੈਗਾ, ਕੜਾਹੀ ਨੂੰ ਠੰਡਾ ਹੋਣ ਦੇਣਾ ਹੈਗਾ। ਜਦੋਂ ਠੰਡਾ ਹੋ ਗਿਆ ਅਤੇ ਆਪਾਂ ਕੋਈ ਵੀ ਪੁਰਾਣੀ ਚੁੰਨੀ, ਪੁਰਾਣਾ ਕੱਪੜਾ, ਕੋਈ ਮਲਮਲ ਦਾ ਕੱਪੜਾ, ਕੋਈ ਪੁਰਾਣੀ ਪੱਗ ਗਿਆ ਉਹਨੂੰ ਆਪਾਂ ਦੂਰਾ ਕਰ ਲੈਣਾ ਅਤੇ ਉਹਨੂੰ ਕੱਪੜੇ ਛਾਣ ਕਰ ਲੈਣਾ ਹੈਗਾ ਠੰਡਾ ਹੋਣ ਤੋਂ ਬਾਅਦ। ਉਹ ਜਿਹੜਾ ਘੋਲ ਜਿਹੜਾ ਹੈਗਾ ਉਹ 1200 ਮਿਲੀਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਜੀ ਅਸੀਂ ਸਪਰੇਅ ਕਰ ਦੇਣੀ ਹੈਗੀ ਆ। ਠੀਕ ਹੈ ਜੀ। ਉਹਨੂੰ ਆਪਾਂ ਤੁਹਾਡੀ ਫਸਲ ਦੀ ਕੱਦ ਮੁਤਾਬਕ 100 ਤੋਂ ਲੈ ਕੇ 150 ਮਿਲੀਲੀਟਰ ਪਾਣੀ ਵਰਤ ਕੇ ਅਸੀਂ ਉਹਦੀ ਰੋਕਥਾਮ ਵਧੀਆ ਢੰਗ ਨਾਲ ਕਰ ਸਕਦੇ ਹਾਂ। ਇਸ ਤੋਂ ਇਲਾਵਾ ਜੇ ਆਪਾਂ ਨਹੀਂ ਘੋਲ ਤਿਆਰ ਕਰਨਾ ਹੈਗਾ ਤਾਂ ਸਾਨੂੰ ਬਾਜ਼ਾਰ ਦੇ ਵਿੱਚ ਵੀ 2 ਤਰ੍ਹਾਂ ਦੇ ਜਿਹੜੇ ਕੀਟਨਾਸ਼ਕ ਮਿਲਦੇ ਨੇ, ਜਿਹਨੂੰ ਬਾਇਓਪੈਸਟੀਸਾਈਡ ਆਪਾਂ ਕਹਿੰਦੇ, ਨਿੰਮ ਅਧਾਰਿਤ ਕੀਟਨਾਸ਼ਕ ਨੇ ਜੀ, ਅਤੇ ਉਹ ਸੇਫ ਵੀ ਨੇ ਸਾਡੇ ਮਿੱਤਰ ਕੀੜਿਆਂ ਨੂੰ। ਸੋ ਉਹਨਾਂ ਦੇ ਵਿੱਚੋਂ ਨਿੰਬਿਸਟਿਨ ਜਾਂ ਅਚੂਕ ਨਾਂ ਦੀ ਆਉਂਦੀ ਆ, ਉਹ ਦੋਨਾਂ 'ਚੋਂ ਕੋਈ ਇੱਕ ਦਵਾਈ ਆਪਾਂ ਵਰਤ ਸਕਦੇ ਹਾਂ। 1 ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਅਸੀਂ 100 ਲੀਟਰ ਪਾਣੀ 'ਚ ਘੋਲ ਕੇ ਉਹਦੀ ਸਪਰੇਅ ਕਰ ਦਈਏ ਤਾਂ ਇੱਥੋਂ ਚਿੱਟੇ ਮੱਖੀ ਤੋਂ ਅਸੀਂ ਅਗਲੇ 10-15 ਦਿਨ ਦੀ ਨਿਜਾਤ ਵਧੀਆ ਢੰਗ ਨਾਲ ਪਾ ਸਕਦੇ ਹਾਂ। ਇਸ ਤੋਂ ਇਲਾਵਾ ਹੋਰ ਹੈਗੇ ਵੀ ਜਿਹੜੇ ਰਸਾਇਣਿਕ ਤਰੀਕੇ ਨੇ, ਜੇ ਇਹਨਾਂ ਤੋਂ ਨਾਲ ਨਹੀਂ ਹੁੰਦੀ ਹੈ, ਜਦੋਂ ਵੱਧ ਜਾਂਦੀ ਫਸਲ ਜ਼ਿਆਦਾ ਹੋ ਜੇ, ਕਈ ਵਾਰੀ ਹੁੰਦਾ ਵੀ ਅਣਗੋਲਿਆਂ 'ਚ ਅਸੀਂ ਕੁਝ ਖੇਤਾਂ 'ਚ ਨਹੀਂ ਗੇੜਾ ਮਾਰ ਸਕੇ, ਕਿਸੇ ਹੋਰ ਰਜੇਵਿਆਂ 'ਚ ਰਹਿ ਗਏ, ਝੋਨੇ ਦੇ ਰਜੇਵਿਆਂ 'ਚ ਰਹਿ ਗਏ, ਆਪਾਂ ਬਾਸਮਤੀ ਦੇ ਰਜੇਵਿਆਂ 'ਚ ਰਹਿ ਗਏ ਬਿਜਾਈ 'ਚ, ਤਾਂ ਫਿਰ ਜੇ ਖੇਤ 'ਚ ਜਨਸੰਖਿਆ ਵੱਧ ਚੁੱਕੀ ਹੈ ਜ਼ਿਆਦਾ ਆ, ਤੁਹਾਨੂੰ 6 ਤੋਂ 8 ਦੀ ਜਨਸੰਖਿਆ ਮਿਲਦੀ ਪਈ ਹੈਗੀ ਹੈ, ਅਤੇ ਫਿਰ ਉਹਦੇ 'ਚ ਰਸਾਇਣਿਕ ਢੰਗਾਂ ਨਾਲ ਰੋਕਥਾਮ ਕਰਨੀ ਚਾਹੀਦੀ ਹੈ। ਇੱਕ ਅਸੀਂ ਨਵੀਂ ਜਿਹੜਾ ਕੀਟਨਾਸ਼ਕ ਇਸੇ ਸਾਲ ਹੀ ਸਿਫਾਰਿਸ਼ ਕੀਤਾ ਹੈਗਾ, ਉਹ 'ਚ ਸਫੀਨਾ ਦੇ ਨਾਂ ਦੇ ਉੱਤੇ ਆਉਂਦਾ ਹੈਗਾ, 50 ਤਾਕਤ ਦਾ ਹੈਗਾ, ਉਹ 400 ਮਿਲੀਲੀਟਰ ਪ੍ਰਤੀ ਏਕੜ ਦਾ ਨਾਲ ਸਪਰੇਅ ਕਰਕੇ ਰੋਕਥਾਮ ਕਰ ਸਕਦੇ ਹਾਂ। ਦੂਸਰਾ ਸਾਡਾ ਜਿਹੜਾ ਹੈਗਾ ਲੈਨੋ ਨਾਂ ਦੀ ਦਵਾਈ ਆਉਂਦੀ ਪੈਰੀਪਰੋਕਸੀਫਨ ਹੈਗੀ ਆ, ਉਹ ਜਿਹੜੀ ਹੈ 500 ਮਿਲੀਲੀਟਰ ਪ੍ਰਤੀ ਏਕੜ ਦਾ ਨਾਲ ਸਪਰੇਅ ਕਰ ਸਕਦੇ ਹਾਂ। ਇਸ ਤੋਂ ਇਲਾਵਾ ਸਾਡੀ ਪੋਲੋ ਨਾਂ ਦੀ ਆਉਂਦੀ ਦਵਾਈ ਆ, ਉਹ 200 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰਕੇ ਆਪਾਂ ਚਿੱਟੀ ਮੱਖੀ ਤੋਂ ਨਿਜਾਤ ਪਾ ਸਕਦੇ ਹਾਂ। ਜੀ ਡਾਕਟਰ, ਮੈਂ ਗੁਲਾਬੀ ਸੁੰਡੀ ਦੇ ਤਾਂ ਬਾਅਦ 'ਚੋਂ ਆਊਂਗਾ, ਪਹਿਲਾਂ ਤੁਸੀਂ ਨਾ ਆਪਣੀ ਗੱਲਾਂ 'ਚ ਗੱਲ ਕੀਤੀ ਸੀ ਮਿੱਤਰ ਕੀੜਿਆਂ ਬਾਰੇ, ਤੁਸੀਂ ਇੱਕ ਛੋਟੀ ਜਿਹੀ ਟਿੱਪਣੀ ਮਿੱਤਰ ਕੀੜਿਆਂ ਦੀ ਮਹੱਤਤਾ ਉਹਦੇ 'ਤੇ ਵੀ ਗੱਲ ਕਰ ਦਿਓ ਅਤੇ ਉਹਨਾਂ ਦੀ ਜਿਹੜੀ ਪਛਾਣ ਆ ਉਹਦਾ ਵੀ ਜ਼ਿਕਰ ਕਰ ਦਿਓ ਪਲੀਜ਼। ਸੋ ਜਿਹੜੇ ਨਰਮਾ ਕਪਾਹ ਦੀ ਪੱਟੀ ਦੇ ਵਿੱਚ ਆਪਾਂ ਦੇਖਦੇ ਹੈਗੇ ਤਾਂ 2-3 ਤਰ੍ਹਾਂ ਦੇ ਕੀੜੇ ਨੇ ਜਿਹੜੇ, ਵੈਸੇ ਤਾਂ 5-6 ਤਰ੍ਹਾਂ ਦੇ ਕੀੜੇ ਮਿਲਦੇ ਨੇ, ਪਰ 3 ਤਰ੍ਹਾਂ ਦੇ ਕੀੜੇ ਇਹੋ ਜਿਹੇ ਨੇ ਜਿਹੜੇ ਕਿ ਸਾਨੂੰ ਆਮ ਮਿਲਦੇ ਨੇ ਔਰ ਲੋਕਾਂ ਨੂੰ ਉਹਨਾਂ ਦੀ ਪਛਾਣ ਹੈਗੀ ਆ। ਸਾਨੂੰ ਉਹਦੇ 'ਚ ਮੈਂ ਤੁਹਾਨੂੰ ਨਿੰਮ ਦੇ ਘੋਲ ਦੀ ਇਸ ਕਰਕੇ ਸਿਫਾਰਿਸ਼ ਕੀਤੀ ਸੀਗੀ ਕਿ ਉਹਨਾਂ ਦੇ ਉੱਤੇ ਮਿੱਤਰ ਕੀੜਿਆਂ ਦੇ ਉੱਤੇ ਬਹੁਤ ਘੱਟ ਅਸਰ ਹੁੰਦਾ ਹੈਗਾ, ਇਸ ਕਰਕੇ ਅਸੀਂ ਉਹਨਾਂ ਨੂੰ ਪਹਿਲ ਦੇ ਆਧਾਰ 'ਤੇ ਸ਼ੁਰੂਆਤੀ ਅਵਸਥਾ 'ਚ ਜਿੱਥੋਂ ਤੱਕ ਹੋ ਸਕੇ ਅਸੀਂ ਜਿਹੜੇ ਗੈਰ ਰਸਾਇਣਿਕ ਤਰੀਕੇ ਨੇ ਉਹਨਾਂ ਦੀ ਆਪਾਂ ਕਰੀਏ ਸਪਰੇਅ ਤਾਂ ਕਿ ਮਿੱਤਰ ਕੀੜੇ ਸਾਡੇ ਵੱਧਦੇ ਫੁੱਲਦੇ ਰਹਿਣ। ਠੀਕ ਹੈ ਜੀ। ਹੁਣ ਆਉਂਦੀ ਗੱਲ ਹੈ ਵੀ ਜਿਹੜੇ ਉਹ 3 ਤਰ੍ਹਾਂ ਦੇ ਮੁੱਖ ਨੇ, ਇੱਕ ਤਾਂ ਜਿੰਨੀ ਤਰ੍ਹਾਂ ਦੀ ਮੱਕੜੀ ਮਿਲਦੀ ਹੈ ਚਾਹੇ ਝੋਨੇ 'ਚ ਮਿਲਦੀ ਹੈ ਜਾਂ ਨਰਮੇ 'ਚ ਮਿਲਦੀ ਹੈ, ਉਹ ਸਾਡੇ ਮਿੱਤਰ ਕੀੜੇ ਨੇ। ਠੀਕ ਹੈ ਜੀ। ਮੱਕੜੀ ਦਾ ਸਿੱਧਾ ਕੀੜੇ ਤੋਂ ਵੱਖਰਾ ਹਿਸਾਬ ਹੁੰਦਾ ਹੈਗਾ, ਮੱਕੜੀ ਦੀਆਂ 4 ਲੱਤਾਂ ਹੁੰਦੀਆਂ ਨੇ ਔਰ ਮੱਕੜੀ ਨੂੰ ਅਸੀਂ ਘਰਾਂ ਜਿਹੜੀ ਮੱਕੜੀ ਮਿਲਦੀ ਹੈਗੀ ਹੈ, ਜਿਹੜੀ ਖੇਤ 'ਚ ਮਿਲਦੀ ਹੈਗੀ, ਇਹ ਸਾਡੇ ਮਿੱਤਰ ਕੀੜੇ ਨੇ। ਦੂਸਰਾ ਜਿਹੜਾ ਹੈਗਾ ਲੇਡੀ ਬਰਡ ਬੀਟਲ ਹੈ, ਜਿਹਨੂੰ ਆਪਾਂ ਕਣਕ ਸਰੋਂ 'ਤੇ ਤੁਸੀਂ ਦੇਖਦੇ ਜੇ ਲਾਲ ਰੰਗ ਦੀ ਭੁੰਡੀ ਹੁੰਦੀ ਹੈ, ਉੱਤੇ 7 ਕਾਲੇ ਰੰਗ ਦੇ ਟਿਮਕਣੇ ਹੁੰਦੇ ਨੇ, 3 ਇੱਕ ਪਾਸੇ ਨੇ, 3 1 ਬੰਨੇ ਨੇ ਅਤੇ 1 ਵਿਚਕਾਰ ਆ, ਇਹ ਵੀ ਸਾਡਾ ਜਿਹੜਾ ਲੇਡੀ ਬਰਡ ਬੀਟਲ ਜਿਹੜੀ, ਇਹ ਵੀ ਸਾਡਾ ਇੱਕ ਮਿੱਤਰ ਕੀੜਾ ਹੈਗਾ। ਤੀਸਰਾ ਆਪਾਂ ਸੋਨ ਪੰਖੀ ਦੇ ਨਾਮ ਜਾਣਦੇ ਹਾਂ, ਮਾਲਵੇ ਬੈਲਟ ਦੀ ਜੇ
ਇੱਕ ਸੋਨ ਪੰਖੀ ਜਿਹਨੂੰ ਗ੍ਰੀਨ ਲੇਸਵਿੰਗ ਕਹਿ ਦਿੰਦੇ ਆਪਾਂ, ਔਰ ਤੀਸਰਾ ਜਿਹੜੀ ਲੇਡੀ ਬਰਡ ਬੀਟਲ ਜਿਹਨੂੰ ਆਪਾਂ ਬੱਚੇ ਪਾਸ ਫੇਲ ਨਾਲ ਵੀ ਅਸੀਂ ਜਾਣਦੇ, ਕਣਕ ਦੇ ਸਰੋਂ ਤੋਂ ਹੀ ਮਿਲਦੀ ਹੈਗੀ ਆ। ਸੋ ਇਹ ਤਿੰਨ ਤਰ੍ਹਾਂ ਦੇ ਪ੍ਰਮੁੱਖ ਕੀੜੇ ਜੇ ਸਾਨੂੰ ਖੇਤ ਦੇ ਵਿੱਚ ਉਹਨਾਂ ਦੀ ਜਨਸੰਖਿਆ ਮਿਲਦੀ ਹੈਗੀ ਆ, ਤਾਂ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਵੀ ਜੇ ਕੀੜੇ ਦਾ ਆਰਥਿਕ ਅਕਾਰ 'ਤੇ ਨਹੀਂ ਪਹੁੰਚਿਆ ਤਾਂ ਸਾਨੂੰ ਸਪਰੇਅ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ। ਜੀ ਡਾਕਟਰ ਸਾਹਿਬ, ਹੁਣ ਤੁਸੀਂ ਗੁਲਾਬੀ ਸੁੰਡੀ ਬਾਰੇ ਤੁਸੀਂ ਜ਼ਿਕਰ ਕਰਦੇ, ਤੁਸੀਂ ਕਹਿੰਦੇ ਗੁਲਾਬੀ ਸੁੰਡੀ ਬਾਰੇ ਵੀ ਇੱਕ ਜਾਣਕਾਰੀ ਸਾਡੇ ਪਾਠਕਾਂ ਨਾਲ ਸਾਂਝੀ ਕਰਨੀ ਚਾਹੁੰਦੇ ਹੋ ਤੁਸੀਂ, ਪਲੀਜ਼ ਉਹ ਸ਼ੇਅਰ ਕਰਿਓ ਜੀ। 16, 17, 18, 19, 20 ਇਹ 5 ਸਾਲ ਆਪਾਂ ਪੂਰੀ ਮਿਹਨਤ ਸਦਕਾ ਔਰ ਤੁਹਾਡੀ ਮਿਹਨਤ ਸਦਕਾ, ਖਾਸ ਤੌਰ 'ਤੇ ਜ਼ਿਮੀਂਦਾਰਾਂ ਦੀ ਮਿਹਨਤ ਸਦਕਾ, ਜਿਹੜੀ ਉਹਨਾਂ ਦਾ ਭਰਵਾਂ ਹੁੰਗਾਰਾ ਮਿਲਿਆ, ਆਪਾਂ ਭਰਪੂਰ ਫਸਲ ਪੈਦਾ ਕੀਤੀ ਹੈ, ਘੱਟ ਦਵਾਈਆਂ ਵਰਤ ਕੇ ਅਸੀਂ ਵੱਧ ਮੁਨਾਫੇ ਦੇ ਵਿਚਕਾਰ ਜਿਹੜੀ ਪੈਦਾਵਾਰ ਕੀਤੀ ਹੈਗੀ ਹੈ। ਅਤੇ ਹੁਣ ਜਿਹੜੀ ਪਿਛਲੇ 1-2 ਸਾਲਾਂ ਤੋਂ ਜਿਹੜੀ ਸਾਨੂੰ ਪ੍ਰੋਬਲਮ ਖਾਸ ਤੌਰ 'ਤੇ ਪਿਛਲੇ ਸਾਲ 'ਚ ਦਿਖਾਈ ਦਿੱਤੀ ਹੈ, ਉਹ ਗੁਲਾਬੀ ਸੁੰਡੀ ਦੀ ਹੈ। ਹਾਲਾਂਕਿ ਗੁਲਾਬੀ ਸੁੰਡੀ ਜਿਹੜੀ ਅਖੀਰਲੇ ਟਾਈਮ ਦੇ ਵਿੱਚ ਆਈ ਸੀ ਔਰ ਕੁਝ ਬਠਿੰਡਾ ਜਾਂ ਮਾਨਸੇ ਦੇ ਕੁਝ ਹਲਕੇ ਜਾਂ ਕੁਝ ਪਿੰਡਾਂ ਦੇ ਵਿਚਕਾਰ ਜਿਹੜੀ ਦਿਖਾਈ ਦਿੱਤੀ, ਬਹੁਤੇ ਜ਼ਿਮੀਂਦਾਰਾਂ ਤੋਂ ਉਹਦੇ ਨੁਕਸਾਨ ਕਰਨ ਦਾ ਪਤਾ ਵੀ ਨਹੀਂ ਲੱਗਾ। ਇਹ ਤੋਂ ਡਰਨ ਦੀ ਲੋੜ ਨਹੀਂ ਹੈ, ਪੈਨਕੇ ਹੋਣ ਦੀ ਲੋੜ ਨਹੀਂ ਹੈਗੀ। ਇਹ ਸੁੰਡੀ ਕੋਈ ਖਾਸ ਨਹੀਂ ਹੈਗੀ, ਜਿਹੜੀ ਅੱਗੇ ਪਹਿਲਾਂ ਅਮਰੀਕਨ ਸੁੰਡੀ, ਚਿੱਤਕੁਬਰੀ ਅਤੇ ਗੁਲਾਬੀ ਸੁੰਡੀ ਗੈਰ ਬੀਟੀ ਨਰਮੇ 'ਤੇ ਆਉਂਦੀ ਸੀ, ਇਹ ਉਹੀ ਸੁੰਡੀ ਹੈਗੀ ਆ। ਅਸੀਂ ਪਹਿਲਾਂ ਵੀ ਇਹ ਤੋਂ ਪਾਰ ਪਾ ਲਿਆ ਸੀ, ਹੁਣ ਵੀ ਇਹ ਤੋਂ ਪਾਰ ਪਾ ਲਾਂਗੇ, ਪਰ ਇਹਦੀ ਜਾਣਕਾਰੀ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਬਿਲਕੁਲ ਜੀ, ਕਿਉਂਕਿ ਨਹੀਂ ਤਾਂ ਅਦਰਵਾਈਜ਼ ਆਪਾਂ ਇੱਧਰ ਉੱਧਰ ਦੀ ਗੱਲ ਸੁਣ ਕੇ ਜਿਹੜਾ ਜਦੋਂ ਜਿਹਨੂੰ ਪੈਨਕੀ ਹੋ ਜਾਂਦੇ ਆਪਾਂ, ਤਾਂ ਉਹਦੇ 'ਤੇ ਆਪਾਂ ਸਪਰੇਆਂ ਕਰਨ ਲੱਪਾਂਗੇ ਤਾਂ ਉਹ ਸਾਡਾ ਜਿਹੜਾ ਸਾਡਾ ਆਰਥਿਕ ਨੁਕਸਾਨ ਹੋਏਗਾ। ਸੋ ਸਭ ਤੋਂ ਪਹਿਲਾਂ ਤਾਂ ਡਾਕਟਰ ਸਾਹਿਬ ਉਹਦੇ 'ਚ ਮੇਨ ਜ਼ਰੂਰੀ ਹੈਗਾ ਵੀ ਆਪਣੇ ਖੇਤਾਂ ਦਾ ਸਰਵੇਖਣ ਕਰੋ ਜੀ। ਇਹ ਕੀੜਾ ਜਿਹੜਾ ਖਾਸ ਤੌਰ ਦੇ ਉੱਤੇ ਨਰਮੇ ਦੀ ਫਸਲ ਤੋਂ ਚੱਲ ਕੇ ਨਰਮੇ ਦੀ ਫਸਲ ਦੇ ਉੱਤੇ ਹੀ ਰਹਿੰਦਾ ਹੈਗਾ, ਇਹਦਾ ਮਤਲਬ ਇਹਨੂੰ ਕਾਬੂ ਕਰਨਾ ਵੀ ਚਿੱਟੀ ਮੱਖੀ ਨਾਲੋਂ ਸੌਖਾ ਹੈਗਾ, ਕਿਉਂ ਚਿੱਟੀ ਮੱਖੀ ਬਹੁਤ ਸਾਰੀਆਂ ਫਸਲਾਂ ਦੇ ਉੱਤੇ ਹਮਲਾ ਕਰਦੀ ਹੈਗੀ ਆ। ਸੋ ਕਿਸੇ ਫਸਲ ਤੋਂ ਤੁਹਾਡੀ ਫਸਲ 'ਤੇ ਆ ਸਕਦੀ ਹੈ। ਠੀਕ ਹੈ ਜੀ। ਹੁਣ ਸਭ ਤੋਂ ਪਹਿਲੇ ਜਾਣਨ ਦੀ ਲੋੜ ਹੈ ਵੀ ਚਿੱਟੀ ਗੁਲਾਬੀ ਸੁੰਡੀ ਜਿਹੜੀ ਹੈਗੀ ਕਿਉਂ ਗੁਲਾਬੀ ਸੁੰਡੀ ਕਿਉਂ ਕਹਿੰਦੇ ਆ, ਇਹ ਇਸ ਕਰਕੇ ਕਹਿੰਦੇ ਵੀ ਇਹਦਾ ਜਿਹੜਾ ਲਾਰਵਾ ਹੁੰਦਾ ਹੈਗਾ ਸੁੰਡੀ ਜਿਹੜੀ ਹੈਗੀ ਆ, ਉਹਦੇ 'ਤੇ ਜਿਹੜੀ ਆ ਉਹਦਾ ਪੇਟ ਵਾਲਾ ਹਿੱਸਾ ਉਹਦਾ ਐਬਡੋਮਨ ਦੇ ਉੱਤੇ ਉਹਦੇ ਜਿਹੜੇ ਗੁਲਾਬੀ ਰੰਗ ਦੇ ਬੈਂਡ ਬਣੇ ਹੁੰਦੇ ਨੇ, ਤਾਂ ਦੂਰੋਂ ਸਾਨੂੰ ਜਿਹੜੀ ਗੁਲਾਬੀ ਰੰਗ ਦੀ ਸੁੰਡੀ ਦਿਖਾਈ ਦਿੰਦੀ ਹੈ। ਪਹਿਲਾ ਹਮਲਾ ਉਹਦਾ ਦਿਖਾਈ ਦੇਣਾ, ਤਕਰੀਬਨ ਪਹਿਲੇ 30-35 ਦਿਨ ਤੁਹਾਨੂੰ ਕਿਤੇ ਫਸਲ 'ਚ ਨੁਕਸਾਨ ਨਹੀਂ ਦਿਖਾਈ ਦੇਣਾ। ਇਹ ਜ਼ਿਆਦਾਤਰ ਥੋੜ੍ਹਾ ਜਿਹਾ ਬਠਿੰਡੇ ਦੇ ਜਿੱਥੇ ਮਿੱਲਾਂ ਦੇ ਆਲੇ ਦੁਆਲੇ ਏਰੀਆ ਹੈਗਾ ਉੱਥੇ ਕੀ ਜਿਹੜੀ ਸੀਮਤ ਹੈਗੀ ਹੈ, ਬਹੁਤੀ ਅੱਗੇ ਜ਼ਿਆਦਾ ਨਹੀਂ ਫੈਲੀ ਹੋਈ। ਸੋ ਆਪਾਂ ਨੂੰ ਇਹ ਦੇਵੇ ਖੇਤ ਦਾ ਨਿਰੀਖਣ ਕਰਨਾ, ਨਿਰੀਖਣ ਕਿਵੇਂ ਕਰਨਾ ਹੈਗਾ, ਆਪਾਂ ਖੇਤ 'ਚ ਸਵੇਰੇ 8-9 ਵਜੇ ਜਾਈਏ, ਉਦੋਂ ਆਪਾਂ ਖੇਤ ਦੇ 'ਚ 100 ਫੁੱਲ ਚੁਣ ਲਈਏ। ਠੀਕ ਹੈ ਜੀ। ਉਹਦੇ ਵਾਸਤੇ 100 ਫੁੱਲ ਚੁਣਨ ਵਾਸਤੇ ਕੀ ਕਰਨਾ ਚਾਹੀਦਾ ਵੀ ਖੇਤ ਨੂੰ 4 ਹਿੱਸਿਆਂ 'ਚ ਵੰਡ ਲੈਣਾ ਚਾਹੀਦਾ ਹੈਗਾ, ਇੱਕ ਹਿੱਸੇ 'ਚ 25 ਫੁੱਲ, ਦੂਜੇ ਹਿੱਸੇ 'ਚ 25 ਫੁੱਲ, ਤੀਜੇ ਹਿੱਸੇ 'ਚ 25 ਫੁੱਲ ਅਤੇ ਚੌਥੇ ਹਿੱਸੇ 'ਚ 25 ਫੁੱਲ ਲੈ ਲਏ ਆਪਾਂ। ਠੀਕ ਹੈ ਜੀ। ਜਿਹੜੇ 25 ਫੁੱਲ ਲੈ ਲਏ ਨੇ ਇਹਨਾਂ 'ਚੋਂ 100 ਫੁੱਲਾਂ ਨੂੰ ਆਪਾਂ ਤੋੜਨਾ ਨਹੀਂ ਹੈਗਾ, ਆਪਾਂ ਉਹਦੇ 'ਚ ਦੇਖਣਾ ਵੀ ਜਿਹੜੇ ਫੁੱਲ ਦਾ ਮੂੰਹ ਬੰਦ ਹੈਗਾ ਜੀ ਉਹਨੂੰ ਖੋਲ੍ਹ ਕੇ ਦੇਖ ਲਓ, ਉਹਦੇ 'ਚ ਪੱਕੀ ਸੁੰਡੀ ਹੋਏਗੀ ਜੀ। ਨੋਰਮਲੀ ਮੂੰਹ ਜੇ ਖੁੱਲ੍ਹਾ ਹੋਇਆ ਤਾਂ ਤੁਹਾਨੂੰ ਸੁੰਡੀ ਨਹੀਂ ਦਿਖਾਈ ਦੇਵੇਗੀ। ਸੋ ਜਿਹੜੇ ਭੰਬੀਰੀ ਬਣੇ ਫੁੱਲ ਨੇ ਇਹ ਖਾਸ ਤੌਰ ਦੇ ਉੱਤੇ ਦੇਖਣਾ ਚਾਹੀਦਾ ਵੀ ਜੇ ਤੁਹਾਨੂੰ 100 ਪਿੱਛੇ 5 ਮਿਲਦੇ ਨੇ, ਮਤਲਬ 5% ਹੋ ਗਿਆ ਨੁਕਸਾਨ, ਫਿਰ ਸਾਨੂੰ ਸਪਰੇਅ ਕਰਨੀ ਚਾਹੀਦੀ ਹੈ। ਜੇ ਸਾਨੂੰ ਇੱਕਾ ਦੁੱਕਾ ਮਿਲਦਾ ਹੈਗਾ ਤਾਂ ਇੱਕ ਲਿਫਾਫਾ ਜ਼ਰੂਰ ਨਾਲ ਲੈ ਕੇ ਜੋ ਉਹ ਭੰਬੀਰੀ ਬਣਿਆ ਫੁੱਲ ਉਹਦੇ ਵਿੱਚ ਸੁੰਡੀ ਹੈਗੀ ਆ ਉਹਨੂੰ ਆਪਾਂ ਤੋੜ ਲਈਏ ਅਤੇ ਉਹਨੂੰ ਆਪਾਂ ਲਿਫਾਫੇ 'ਚ ਬੰਦ ਕਰਕੇ ਬਾਅਦ ਵਿੱਚ ਮਾਰ ਦਈਏ ਉਹਨੂੰ। ਸੋ ਉਸ ਕਰਕੇ ਸਾਨੂੰ ਬਿਨਾਂ ਰਸਾਇਣ ਵਰਤੇ ਉਹਦੀ ਰੋਕਥਾਮ ਕੀਤੀ ਜਾ ਸਕਦੀ ਹੈਗੀ ਆ। ਦੂਸਰਾ ਹੈਗਾ ਵੀ ਇਹ ਫੁੱਲਾਂ ਤੋਂ ਬਾਅਦ ਇਹਨੇ ਹੌਲੀ ਹੌਲੀ ਸੁੰਡੀ ਨੇ ਜਿਹੜਾ ਫਿਰ ਟਿੰਡਿਆਂ ਦੇ ਵਿੱਚ ਵੜ ਜਾਣਾ, ਫਿਰ ਟਿੰਡਿਆਂ ਦੇ 'ਚ ਕਾਬੂ ਕਰਨਾ ਇਹਨੂੰ ਔਖਾ ਹੁੰਦਾ। ਸੋ ਇਹਦਾ ਕਹਿਣ ਦਾ ਪੇਰਾ ਭਾਵ ਹੈਗਾ ਜਦੋਂ ਤੁਹਾਡੇ ਨਵੇਂ ਫੁੱਲ ਖਿੜਦੇ ਨੇ ਜਿਹੜੇ ਚਿੱਟੇ ਰੰਗ ਦੇ ਫੁੱਲ ਦਿਖਾਈ ਦੇ ਰਹੇ ਨੇ ਉਹਨਾਂ ਦੇ 'ਚ ਦੇਖੋ ਜਿੱਥੇ ਫੁੱਲ ਬੰਦ ਬਣੇ ਨੇ ਜਾਂ ਦੂਜੇ ਨੂੰ ਜੇ ਹਮਲਾ 5% ਤੱਕ ਹੈਗਾ ਤਾਂ ਆਪਾਂ ਸਪਰੇਅ ਕਰ ਦੇਣੀ ਹੈ, ਜੇ ਨਹੀਂ ਹੈਗਾ ਹਮਲਾ ਜਾਂ ਦੂਜੇ ਨੂੰ ਹੈਗਾ ਤਾਂ ਅਗਲੇ ਹਫ਼ਤੇ ਫਿਰ ਦੁਬਾਰਾ ਸੁਰੇਖਣ ਕਰੋ ਜੀ 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 ਦੇਖਦੇ ਕਰਦੇ ਰਹਿਣਾ ਪੈਣਾ ਸਾਨੂੰ ਜਾਂ ਦੂਜੇ ਨੂੰ ਵੀ ਕਿਹਾ, ਕਿਉਂਕਿ ਇਹ ਜਦੋਂ ਅੱਜ ਜਿਹੜਾ ਫੁੱਲ ਬਣਿਆ ਹੈਗਾ ਤਕਰੀਬਨ 40 ਦਿਨ ਬਾਅਦ ਉਹਨੇ ਪੂਰਾ ਟਿੰਡਾ ਬਣਨਾ ਹੈਗਾ ਖਿੜਕੀ, ਠੀਕ ਹੈ ਜੀ। ਤਾਂ ਸਾਨੂੰ ਮਗਰੋਂ ਪਤਾ ਲੱਗੇਗਾ ਵੀ ਜਦੋਂ ਅਣਖਿੜਿਆ ਰਹਿ ਗਿਆ ਸਾਡਾ ਟਿੰਡਾ ਜਾਂ ਦੂਜੇ ਨੂੰ ਸਾਡੀ ਫਸਲ ਦਾ ਨੁਕਸਾਨ ਹੋ ਸਕਦਾ। ਇਹ ਜ਼ਰੂਰੀ ਨਹੀਂ ਕਿ ਸਾਰੇ ਖੇਤਾਂ 'ਚ ਤੁਹਾਨੂੰ ਇਹਦਾ ਹਮਲਾ ਦਿਖਾਈ ਦੇਗਾ, ਕਿਤੇ ਕਿਤੇ ਕੋਈ ਟਾਵਾਂ ਹੋ ਸਕਦਾ। ਖਾਸ ਤੌਰ 'ਤੇ ਮੈਂ ਅਪੀਲ ਕਰਾਂਗਾ ਜਿਹੜਾ ਬਠਿੰਡੇ ਦੇ ਵਿਚਕਾਰ ਜਿਹੜਾ ਹੈਗਾ ਮੇਨ ਬਠਿੰਡਾ ਸੰਗਤ ਬਲੋਕ ਹੈ ਜਾਂ ਤਲਵੰਡੀ ਸਾਬੋ ਬਲੋਕ ਆ, ਇਹਨਾਂ ਦੇ ਵਿਚਕਾਰ ਖਾਸ ਤੌਰ ਦੇ ਉੱਤੇ ਥੋੜ੍ਹਾ ਜਿਹਾ ਨਿਰੀਖਣ ਕਰਦੇ ਰਹੋ, ਜਾਂ ਦੂਜੇ ਨੂੰ ਮਾਨਸਾ 'ਚ ਸਦੂਲਗੜ੍ਹ ਸਾਈਡ ਦੇ ਉੱਤੇ ਜੇ ਤੁਹਾਨੂੰ ਭੰਬੀਰੀ ਬਣੇ ਫੁੱਲ ਨਜ਼ਰ ਆਉਂਦੇ ਨੇ ਤਾਂ ਜ਼ਰੂਰ ਸਾਡੀ ਖੇਤੀਬਾੜੀ ਯੂਨੀਵਰਸਿਟੀ ਕ੍ਰਿਸ਼ੀ ਵਿਗਿਆਨ ਕੇਂਦਰ ਨੇ ਸਾਡੇ ਧਿਆਨ ਦੇ ਵਿੱਚ ਲਵਾਓ, ਅਸੀਂ ਤੁਹਾਡੇ ਖੇਤਾਂ 'ਚ ਵਿਜ਼ਿਟ ਵੀ ਕਰਾਂਗੇ, ਦੇਖਾਂਗੇ ਵੀ ਉੱਥੇ ਸੁੰਡੀ ਦੇ ਅਤੇ ਤੁਹਾਨੂੰ ਬਹੁਤ ਸਾਰੀ ਜਾਣਕਾਰੀ ਵੀ ਜਿਹੜੀ ਹੈਗੀ ਉਹਦੇ ਭਰਪੂਰ ਉਹ ਵੀ ਦੇਵਾਂਗੇ ਆਪਾਂ ਜਾਂ ਦੂਜੇ ਨੂੰ ਹੈਗਾ। ਤੁਸੀਂ ਮਹਿਕਮਾ ਖੇਤੀਬਾੜੀ ਨਾਲ ਸੰਪਰਕ ਕਰ ਸਕਦੇ ਆਪਣੇ ਨੇੜੇ, ਉੱਥੇ ਸਾਨੂੰ ਇੱਕ ਬਰੋਸ਼ਰ ਜਾਂ ਇੱਕ ਪੰਫਲੇਟ ਦੇ ਰੂਪ ਦੇ 'ਚ ਅਸੀਂ ਉਹਦੀ ਪੂਰੀ ਜਾਣਕਾਰੀ ਸਹਿਤ ਦਿੱਤੀ ਹੋਈ ਹੈ, ਉੱਥੇ ਅਵੇਲੇਬਲ ਹੈਗਾ। ਤੁਸੀਂ ਕ੍ਰਿਸ਼ੀ ਵਿਗਿਆਨ ਕੇਂਦਰ ਜਾਓਗੇ ਤਾਂ ਉੱਥੇ ਵੀ ਜਾਣਕਾਰੀ ਪੂਰੀ ਅਵੇਲੇਬਲ ਹੈਗੀ ਹੈ। ਸੋ ਉਹਨਾਂ ਨਾਲ ਤੁਸੀਂ ਰਾਬਤਾ ਕਾਇਮ ਕਰੋ। ਵੈਸੇ ਤੁਸੀਂ ਕਿਸੇ ਦੁਕਾਨਦਾਰ ਦੇ ਕਹੇ ਦੇ ਉੱਤੇ ਕੋਈ ਸਪਰੇਅ
ਤੇਲੇ ਦੇ ਜਿਹੜੇ ਆਂਡੇ ਨੇ ਉਹਦੇ 'ਚ ਆ ਮੱਕੜੀਆਂ ਸੌਣ ਪੰਖੀ ਜਿਹੜਾ ਆਪਣਾ ਵੀ ਕੀੜਾ ਆਪਾਂ ਦੇਖਦੇ ਹਾਂ ਉਹ ਇਹਦੇ ਲਈ ਕਾਫ਼ੀ ਜ਼ਿਆਦਾ ਕਾਰਗਰ ਸਿੱਧ ਹੁੰਦੇ ਆ। ਡਾਕਟਰ ਸਾਹਿਬ ਤੁਸੀਂ ਹਰੇ ਤੇਲੇ ਬਾਰੇ ਵੀ ਕੁਛ ਗੱਲ ਕਰਨੀ ਚਾਹੁੰਦੇ ਸੀ, ਉਹ ਵੀ ਸ਼ੇਅਰ ਕਰ ਦਿਓ ਜੀ, ਉਹ ਜ਼ਰੂਰੀ ਹੈ ਮੈਨੂੰ ਐਂ ਲੱਗਦਾ। ਸੋ ਇਸ ਸਮੇਂ 'ਤੇ ਡਾਕਟਰ ਸਾਹਿਬ ਨੇ ਇੱਕ ਬਹੁਤ ਅਹਿਮ ਸਾਡਾ, ਨਹੀਂ ਤਾਂ ਛੁੱਟ ਜਾਣਾ ਸੀ ਸਵਾਲ, ਡਾਕਟਰ ਸਾਹਿਬ ਇਹ ਕੋਈ ਮੌਕਾ ਨਹੀਂ ਜਾਣ ਦਿੰਦੇ ਵੀ ਉਹ ਜਿਹੜਾ ਕਿ ਜਿਹੜੀ ਤੁਹਾਡੀ, ਕਿਉਂਕਿ ਇਸ ਸਮੇਂ ਦੇ ਉੱਤੇ ਪ੍ਰਮੁੱਖ ਜਿਹੜਾ ਡਾਕਟਰ ਸਾਹਿਬ ਨੇ ਦੇਖ ਲਿਆ ਹੈਗਾ ਕਿ ਇੱਕ ਪ੍ਰਮੁੱਖ ਕੀੜਾ ਸਾਡਾ ਛੁੱਟ ਚੱਲਿਆ ਸੀ ਉਹ ਸੀਗਾ ਹਰਾ ਤੇਲਾ ਜੀ। ਇਹ ਹਰਾ ਤੇਲਾ ਜਿਹੜਾ ਹੈਗਾ ਮੌਸਮ ਮੁਤਾਬਕ ਜੇ ਦੇਖਿਆ ਜਾਓ ਤਾਂ ਗਰਮ ਅਤੇ ਸਿੱਲਾ ਮੌਸਮ ਹੈ, ਅਤੇ ਸਿੱਲਾ ਮੌਸਮ ਕਦੋਂ ਹੁੰਦਾ? ਜਦੋਂ ਝੋਨਾ ਲੱਗ ਜਾਂਦਾ ਅਤੇ ਜਾਂ ਬਾਰਿਸ਼ ਪੈ ਗਈ ਹੈ, ਬਾਰਿਸ਼ ਆਪਣੇ ਪੈ ਚੁੱਕੀ ਹੈ, ਝੋਨਾ ਵੀ ਲੱਗ ਚੁੱਕਾ, ਇਹਦਾ ਮਤਲਬ ਸਾਡਾ ਇਸ ਟਾਈਮ 'ਤੇ ਹਵਾ ਦੇ ਵਿੱਚ ਨਮੀ ਬਹੁਤ ਹੈਗੀ ਆ ਜੀ, ਅਤੇ ਨਮੀ ਜਿਹੜੀ ਹੈ ਨਾ ਤਾਪਮਾਨ ਦੇ ਨਾਲ ਨਾਲ, ਜਦੋਂ ਥੋੜ੍ਹਾ ਜਿਹਾ ਮੱਠਾ ਟੈਂਪਰੇਚਰ ਹੋਵੇ ਤਾਪਮਾਨ ਅਤੇ ਨਮੀ ਜ਼ਿਆਦਾ ਹੋਵੇ, ਇਹ ਕੀੜਾ ਬਹੁਤ ਪ੍ਰਫੁੱਲਿਤ ਹੁੰਦਾ। ਇਸ ਸਮੇਂ ਦੇ ਉੱਤੇ ਇਹਨੇ ਹੁਣ ਮੈਕਸੀਮਮ ਆਂਡੇ ਦੇਣੇ ਸ਼ੁਰੂ ਕਰਨੇ ਨੇ ਜੀ, ਸੋ ਜੇ ਦੇਣੇ ਨੇ ਤਾਂ ਇਹਦਾ ਮਤਲਬ ਵੀ ਤੁਸੀਂ ਅਗਲੇ 2-3 ਦਿਨਾਂ 'ਚ ਦੇਖੋਗੇ ਜਾਂ ਦੂਜੇ ਨੂੰ ਵੀ ਇਹਦੀ ਜਿਹੜਾ ਵਧਾ ਵੱਧ ਹੋ ਸਕਦਾ, ਔਰ ਇਹ ਜ਼ਿਆਦਾਤਰ ਤੁਹਾਡਾ ਅੱਧ ਜੁਲਾਈ ਤੋਂ ਲੈ ਕੇ ਅੱਧ ਅਗਸਤ ਤੱਕ ਇਹਨੇ ਹਮਲਾ ਕਰਨਾ, ਸਿਰਫ 1 ਮਹੀਨੇ ਦਾ ਕੀੜਾ ਹੈਗਾ। ਠੀਕ ਹੈ ਜੀ, ਹੁਣ ਤੁਸੀਂ ਆਪਣੇ ਖੇਤਾਂ 'ਚ ਲਗਾਤਾਰ ਨਿਰੀਖਣ ਕਰ ਦੇਣਾ, ਚਿੱਟੀ ਮੱਖੀ ਅਤੇ ਗੁਲਾਬੀ ਸੁੰਡੀ ਦੇ ਨਾਲ ਨਾਲ ਹਰਾ ਤੇਲੇ ਦਾ ਰੋਕਥਾਮ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਹੈ। ਜਿਹੜੀਆਂ ਚਿੱਟੀ ਮੱਖੀ ਦੇ ਤੁਹਾਨੂੰ ਦਵਾਈਆਂ ਦੱਸੀਆਂ ਨੇ ਤਕਰੀਬਨ ਉਹ ਹਰੇ ਤੇਲੇ ਨੂੰ ਰੋਕ ਦਿੰਦੀਆਂ ਨੇ, ਸੋ ਹਰੇ ਤੇਲੇ ਦੀ ਰੋਕਥਾਮ ਵਾਸਤੇ ਜੇ ਤੁਸੀਂ ਮੰਨ ਲਓ ਉਲਾਲਾ ਨਾਂ ਦੀ ਦਵਾਈ ਵਰਤਦੇ ਜੇ ਅਤੇ 80 ਗ੍ਰਾਮ ਜਿਹੜੀ ਪ੍ਰਤੀ ਏਕੜ ਦੇ ਹਿਸਾਬ ਨਾਲ, ਓਸ਼ੀਨ ਨਾਂ ਦੀ ਦਵਾਈ ਵਰਤਦੇ ਜੇ ਉਹ 60 ਗ੍ਰਾਮ ਦੇ ਹਿਸਾਬ ਨਾਲ, ਕੀਫਨ ਨਾਂ ਦੀ ਦਵਾਈ ਆਉਂਦੀ ਹੈਗੀ ਹੈ ਉਹ 300 ਮਿਲੀਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ, ਇਹ ਜਦੋਂ ਤਿੰਨਾਂ 'ਚ ਕੋਈ ਵੀ ਦਵਾਈ ਤੁਸੀਂ ਵਰਤੋਗੇ ਇਹ ਚਿੱਟੀ ਇਹ ਹਰੇ ਤੇਲੇ ਨੂੰ ਤਾਂ ਤਕਰੀਬਨ 100% ਹੀ ਕੰਟਰੋਲ ਕਰ ਦੇਣਗੀਆਂ, ਨਾਲ ਦੀ ਨਾਲ ਇਹ ਚਿੱਟੀ ਮੱਖੀ 'ਤੇ ਵੀ ਕਾਬੂ ਕਰਨ ਦੇ ਵਿੱਚ ਸਹਾਈ ਹੋਣਗੀਆਂ। ਸੋ ਇਹਦਾ ਮਤਲਬ ਇੱਕ ਪੰਥ 2 ਕਾਜ ਹੋ ਜਾਣਗੇ ਤੁਹਾਡੇ। ਹਰੇ ਤੇਲੇ ਦਾ ਖਾਸ ਤੌਰ ਦੇ ਉੱਤੇ ਹੁਣ ਧਿਆਨ ਰੱਖਣਾ ਹੈਗਾ, ਉਹ ਜੇ ਕਿਤੇ ਹਮਲਾ ਸਾਨੂੰ ਦਿਖਾਈ ਦਿੰਦਾ ਹੈਗਾ ਉਹਦੀ ਨਿਸ਼ਾਨੀ ਕੀ ਹੈ ਹਮਲੇ ਦੀ, ਜਾਂ ਦੂਜੇ ਨੂੰ ਕਿਹੜੇ ਕਦੋਂ ਕਰਨਾ ਹੈਗਾ, ਜਦੋਂ ਸਾਡੇ ਨਰਮੇ ਦੇ ਪੱਤੇ 'ਚ ਆਪਾਂ ਖੇਤ 'ਚ ਨਿਰੀਖਣ ਕਰਨਾ ਹੈਗਾ ਉਹਦੇ ਵਿਚਕਾਰ ਜੇ ਸਾਨੂੰ 50% ਪੱਤੇ ਦੀ ਉੱਪਰਲੀ ਛਤਰੀ ਜਿਹੜੀ ਨਰਮੇ ਦੇ, ਮਤਲਬ ਜੇ 100 ਪਿੱਛੇ 50 ਬੂਟਿਆਂ ਦੇ ਉੱਤੇ ਉੱਪਰਲੀ ਛਤਰੀ ਜਿਹੜੀ ਕੰਨੀਆਂ ਤੋਂ ਪੀਲੀ ਪੈ ਕੇ ਮੁੜਨੀ ਸ਼ੁਰੂ ਹੋ ਗਈ ਹੈ ਥੱਲੇ, ਤਾਂ ਉਹ ਇੱਕ ਸਹੀ ਅਵਸਥਾ ਹੈਗੀ ਜਦੋਂ ਸਾਨੂੰ ਉਹਦੀ ਰੋਕਥਾਮ ਦੀ ਸਪਰੇਅ ਕਰਨੀ ਚਾਹੀਦੀ ਹੈ। ਜੀ ਜੀ ਡਾਕਟਰ ਸਾਹਿਬ, ਕਿਉਂਕਿ ਮੈਂ ਬੜੀ ਸੋਹਣੀ ਤੁਸੀਂ ਜਾਣਕਾਰੀ ਦੇ ਰਹੇ ਹੋ, ਆਪਾਂ ਗੱਲ ਕੀਤੀ ਹਰੇ ਤੀਲੇ ਦੀ, ਗੱਲ ਕੀਤੀ ਗੁਲਾਬੀ ਸੁੰਡੀ ਦੀ, ਗੱਲ ਕੀਤੀ ਉਸ ਤੋਂ ਚਿੱਟੀ ਮੱਖੀ ਦੀ, ਪਹਿਲਾਂ ਆਪਾਂ ਗੱਲ ਕੀਤੀ ਸੀ, ਇਸ ਤੋਂ ਇਲਾਵਾ ਤੁਸੀਂ ਕਿਸੇ ਹੋਰ ਮਿਲੀ ਬਗ ਜਾਂ ਪੂਰੀ ਜੂਮ ਬਾਰੇ ਕੋਈ ਹੋਰ ਜਾਣਕਾਰੀ ਸਾਂਝੀ ਕਰਨੀ ਚਾਹੁੰਦੇ ਹੋ ਸਾਡੇ ਪਾਠਕਾਂ ਨਾਲ ਜੀ? ਸੋ ਜਦੋਂ ਤਾਂ ਬਾਰਿਸ਼ ਪੈ ਜਾਂਦੀ ਹੈਗੀ ਹੈ ਜਾਂ ਦੂਜੇ ਨੂੰ ਹੈਗਾ, ਅਤੇ ਤੇਲੇ ਤੋਂ ਉਲਟ ਹੁੰਦਾ ਹੈਗਾ, ਜਿਹੜੀ ਭੂਰੀ ਜੂੰ ਜਾਂ ਥਰਿਪ ਜਿਹਨੂੰ ਕਹਿ ਦਿੰਦੇ ਹਾਂ, ਇਹ ਖੁਸ਼ਕੀ ਦਾ ਕੀੜਾ ਹੈਗਾ। ਜਦੋਂ ਬਾਰਿਸ਼ ਪੈ ਜਾਣੀ ਹੈ ਤਾਂ ਇਹਦੀ ਕਾਫ਼ੀ ਹੱਦ ਤੱਕ ਜਿਹੜੀ ਮੋਰਟੈਲਿਟੀ ਉਹਨੇ ਤੁਹਾਨੂੰ ਕਿਸੇ ਤਰ੍ਹਾਂ ਦੀ ਸਪਰੇਅ ਕਰਨ ਦੀ ਜਾਂ ਨਿਰੀਖਣ ਦੀ ਲੋੜ ਨਹੀਂ ਪੈਣੀ, ਨਹੀਂ ਪੈਣੀ। ਜਦੋਂ ਔੜ ਆਏਗੀ ਦੁਬਾਰਾ, ਮੰਨ ਲਓ ਬਰਸਾਤ ਹੁਣ ਅਗਲੇ ਮਹੀਨਾ ਨਹੀਂ ਪੈਂਦੀ ਜੇ ਇਲੈਕਟਡ ਵੀ, ਤਾਂ ਚਾਂਸ ਹੋ ਸਕਦਾ ਵੀ ਭੂਰੀ ਜੂੰ ਵੀ ਆ ਸਕਦੀ ਹੈਗੀ ਹੈ। ਸੋ ਭੂਰੀ ਜੂੰ ਵਾਸਤੇ ਵੀ ਅਸੀਂ ਸਿਫਾਰਿਸ਼ ਕੀਤੀ ਹੈ, ਸਭ ਤੋਂ ਵਧੀਆ ਦਵਾਈ ਜਿਹੜੀ ਹੈਗੀ ਜਿੱਦਾਂ ਪ੍ਰੋਫਿਨੋਫਾਸ ਹੈਗੀ ਹੈ, ਕਿਊਰਾਕਰੋਨ ਹੈਗੀ ਹੈ, ਜਾਂ ਡੈਲੀਗੇਟ ਦੇ ਨਾਂ ਦੇ ਉੱਤੇ ਆਉਂਦੀ ਹੈਗੀ ਹੈ। ਪ੍ਰੋਫਿਨੋਫਾਸ ਦਵਾਈ ਜਿਹੜੀ ਹੈਗੀ 1/2 ਲੀਟਰ ਦੇ ਪ੍ਰਤੀ ਏਕੜ ਦੇ ਹਿਸਾਬ ਨਾਲ ਕਰਨੀ ਹੈਗੀ ਹੈ, ਜੇ ਲੋੜ ਪੈਂਦੀ ਹੈ ਤਾਂ ਆਪਣੇ ਖੇਤ 'ਚ। ਉਹਦੇ ਨਾਲ ਇਹ ਵੀ ਫਾਇਦਾ ਹੁੰਦਾ, ਉਹ ਗੁਲਾਬੀ ਸੁੰਡੀ ਨੂੰ ਵੀ ਮਾਰ ਦਿੰਦੀ ਹੈਗੀ ਹੈ, ਚਿੱਟੀ ਮੱਖੀ ਨੂੰ ਵੀ ਕਾਫ਼ੀ ਹੱਦ ਤੱਕ ਕੰਟਰੋਲ ਕਰਕੇ ਰੱਖ ਦੇਗੀ ਹੈ। ਸੋ ਉਹਦੇ ਨਾਲ ਇੱਕ ਪੰਥ 3 ਕਾਜ ਹੋ ਜਾਂਦੇ ਨੇ। ਇਹਦੇ ਨਾਲ ਮਿਲੀ ਬੱਗ ਵੀ ਤੁਸੀਂ ਦੇਖਦੇ, 2007-08 ਜਦੋਂ ਮਿਲੀ ਬੱਗ ਆਈ ਸੀ ਉਦੋਂ ਵੀ ਆਪਾਂ ਪ੍ਰੋਫਿਨੋਫਾਸ ਦੀ ਸਪਰੇ ਕਰਦੇ ਸੀ ਅਤੇ ਉਹ ਵਧੀਆ ਰੋਕਥਾਮ ਸਾਡੇ ਖੇਤਾਂ ਦੇ 'ਚ ਕਰਦੀ ਸੀਗੀ। ਠੀਕ ਹੈ ਜੀ। ਇਸ ਤੋਂ ਇਲਾਵਾ ਜਿਹੜੀ ਹੈਗੀ ਹੈ ਵੀ ਜਿੱਦਾਂ ਮਿਲੀ ਬੱਗ ਵਗੈਰਾ ਕਿਤੇ ਤੁਹਾਨੂੰ ਟਾਵਾਂ ਮਿਲਦੀ ਹੈਗੀ ਕਿਤੇ ਵੀ ਹੈਗਾ, ਜੇ ਕਿਸੇ ਨਦੀਨ 'ਤੇ ਮਿਲਦੀ ਹੈ ਜਾਂ ਕਿਸੇ ਹੋਰ ਬੂਟੇ 'ਤੇ ਮਿਲਦੀ ਹੈ, ਉਹਨੂੰ ਅਸੀਂ ਪੱਟ ਕੇ ਆਪਾਂ ਜਾਂ ਉਹਦੇ 'ਤੇ ਸਪੋਟ ਟ੍ਰੀਟਮੈਂਟ ਜਿਹੜੀ ਉਹ ਪ੍ਰੋਫਿਨੋਫਾਸ ਦੀ ਮੈਂ ਜਿਹੜੀ ਕੀਤੀ ਗੱਲ ਉਹਦੀ ਸਪਰੇ ਕਰਕੇ ਅਤੇ ਆਪਾਂ ਉਹਦੀ ਰੋਕਥਾਮ ਕਰ ਸਕਦੇ ਹੈਗੇ। ਜੀ 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 ਡਾਕਟਰ ਸਾਹਿਬ, ਇਹਦੇ ਪਹਿਲਾਂ ਮੈਂ ਅਗਲਾ ਤੁਹਾਡੇ ਕੋਲ ਸਿਰਫ ਸਵਾਲ ਨਹੀਂ ਕਰਾਂਗਾ, ਤੁਹਾਡਾ ਧੰਨਵਾਦ ਵੀ ਕਰਨਾ ਵਾ। ਗ੍ਰੀਨ ਐਗਰੋਵਾਲ ਸਾਡੇ ਨਾਲ ਜੁੜੇ ਨੇ, ਇਹ ਗਰੁੱਪ ਹੋ ਸਕਦਾ ਵੀ ਹਾਂ ਪ੍ਰੋਗਰੈਸਿਵ ਫਾਰਮਰਸ ਦਾ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਹਾਨੂੰ ਕਾਫ਼ੀ ਐਪਰੀਸ਼ੀਏਟ ਕਰ ਰਹੇ ਨੇ ਡਾਕਟਰ ਵਿਜੇ ਕੁਮਾਰ ਦਾ, ਧੰਨਵਾਦ ਜੀ। ਰਾਜਵਿੰਦਰ ਸਿੱਧੂ ਜੀ ਇਹ ਹੱਲਾਸ਼ੇਰੀ ਦੇ ਰਹੇ ਨੇ, ਮਨਦੀਪ ਜੀ ਜੁੜੇ ਨੇ, ਅਤੇ ਗੁਰਪ੍ਰੀਤ ਸਰਾਓ ਜੀ, ਅਤੇ ਇੱਦਾਂ ਹੀ ਯੂਟਿਊਬ 'ਤੇ ਕਾਫ਼ੀ ਸਾਡੇ ਸਾਥੀ ਜੁੜੇ ਨੇ ਨਾਲ ਸਾਡੇ। ਡਾਕਟਰ ਸਾਹਿਬ, ਮੈਂ ਇੱਕ ਤੁਹਾਡੇ ਕੋਲ ਛੋਟੀ ਚੀਜ਼ ਪੁੱਛਣਾ ਚਾਹੁੰਦੀ, ਤੁਸੀਂ ਬੜੀ ਸੋਹਣੀ ਵੀ ਜਾਣਕਾਰੀ ਦੱਸੀ ਹੈ ਉਹਦੇ 'ਚ, ਰਸਾਇਣਿਕ ਰੋਕਥਾਮ ਬਾਰੇ ਵੀ ਦੱਸਿਆ ਵੀ ਨਿੰਮ ਦਾ ਘੋਲ ਕਿਵੇਂ ਬਣਾਉਣਾ, ਕਿਵੇਂ ਗ੍ਰੀਨ ਐਗਰ ਵਾਲੇ ਕਹਿੰਦੇ ਅਸੀਂ 7 ਸਾਲ ਤੋਂ ਵਰਤ ਰਹੇ ਹਾਂ ਵੀ ਉਹਦੇ 'ਚ ਬੜਾ ਵਧੀਆ ਸਾਨੂੰ ਰਿਜ਼ਲਟ ਮਿਲ ਰਹੇ ਆ, ਇਹ ਸਾਰੀਆਂ ਚੀਜ਼ਾਂ ਕੀ ਪ੍ਰਕਾਸ਼ਨਾਵਾਂ ਦੇ ਵਿੱਚ ਵੀ ਦਰਜ ਹੁੰਦੀ ਜਿਹੜੀ ਯੂਨੀਵਰਸਿਟੀ ਨੇ ਵਿਕਸਿਤ ਕੀਤੀਆਂ ਜਾਂਦੀਆਂ ਜੀ? ਜਿੱਦਾਂ ਕਿ ਹੁਣ ਤੁਹਾਡੀ ਚੰਗੀ ਖੇਤੀ ਹੈ, ਪ੍ਰੋਗਰੈਸਿਵ ਫਾਰਮਿੰਗ ਹੈ, ਸਾਡਾ ਜਿਹੜਾ ਜੁਲਾਈ ਦਾ ਅੰਕ ਸੀਗਾ ਉਹਦੇ ਵਿਚਕਾਰ ਵੀ ਅਸੀਂ ਦਿੱਤੀ ਸੀ, ਪਿੱਛੇ ਮਈ ਜੂਨ ਦੇ ਅੰਕ ਦੇ 'ਚ ਅਸੀਂ ਗੁਲਾਬੀ ਸੁੰਡੀ ਬਾਰੇ ਜਾਣਕਾਰੀ ਦਿੱਤੀ ਸੀ। ਇਹ ਡਾਕਟਰ ਸਾਹਿਬ ਪ੍ਰਤੱਖ ਨੂੰ ਪ੍ਰਮਾਣ ਕੀ ਹੈ, ਦਿਖਾਈ ਦਿਓ ਤੁਸੀਂ ਪੈਨਸਲ
ਕਿਉਂਕਿ ਤੁਸੀਂ ਆਏ ਹੋ ਅਤੇ ਤੁਹਾਡਾ ਲਾਹਾ ਤਾਂ ਲੈਣਾ ਹੀ ਆ। ਸਿਰਫ ਅੱਧਾ ਮਿੰਟ ਹੋਰ ਹੈ ਜੀ। ਬੂਟਾ ਸਿੰਘ ਜੀ ਦਾ ਵੈਸੇ ਤੁਸੀਂ ਕਵਰ ਕਰ ਵੀ ਗਏ ਸੀਗੇ, ਪਰ ਫਿਰ ਵੀ ਇਹ ਪੁੱਛਣਾ ਚਾਹੁੰਦੇ ਕਿ ਬਿਨਾਂ ਸਪਰੇ ਤੋਂ ਵੀ ਕੀਟ ਕੰਟਰੋਲ ਕੀਤੇ ਜਾ ਸਕਦੇ ਹਨ, ਇਹ ਤੁਸੀਂ ਮਾੜਾ ਦੱਸ ਦਿਓ ਜੀ ਇੰਟੈਗ੍ਰੇਟਿਡ ਪੈਸਟ ਮੈਨੇਜਮੈਂਟ। ਸੋ ਸਾਡਾ ਇੱਕ ਜਿਹੜਾ ਅੱਜ ਕੱਲ੍ਹ ਜਿਹੜਾ ਪਿਛਲੇ 3-4 ਸਾਲਾਂ ਤੋਂ ਜ਼ਿਆਦਾ ਜ਼ੋਰ ਲੱਗਾ ਹੋਇਆ ਵੀ ਅਸੀਂ ਘੱਟ ਤੋਂ ਘੱਟ ਦਵਾਈਆਂ ਵਰਤ ਕੇ ਅਤੇ ਅਸੀਂ ਵਧੀਆ ਢੰਗ ਨਾਲ ਜਿਹੜੇ ਗੈਰ ਰਸਾਇਣਿਕ ਤਰੀਕੇ ਨੇ ਉਹਨਾਂ ਨਾਲ ਰੋਕਥਾਮ ਕਰ ਸਕੀਏ ਜੀ। ਤੋਂ ਪਹਿਲਾਂ ਜਿੱਦਾਂ ਜੇਸ਼ ਹੋ ਸਕਦਾ ਤੁਸੀਂ ਥੋੜ੍ਹਾ ਲੇਟ ਜੁੜੇ ਹੋਗੇ ਸਾਡੇ ਪ੍ਰੋਗਰਾਮ ਦੇ ਵਿੱਚ, ਜਿੱਦਾਂ ਸ਼ੁਰੂ ਜੀ ਸਮੇਂ ਸਿਰ ਬਿਜਾਈ ਕਰਨਾ ਜਿਹੜਾ ਸਭ ਤੋਂ ਵਧੀਆ ਹੈਗਾ। ਜਦੋਂ ਫਸਲ ਦਾ ਜਿਹੜੀ ਆਪਾਂ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤਾ ਸਮਾਂ ਉਹਦੇ ਮੁਤਾਬਕ ਹੀ ਸਾਨੂੰ ਬਿਜਾਈ ਕਰਨੀ ਚਾਹੀਦੀ ਹੈ ਜੀ। ਦੂਸਰਾ ਜਿੰਨੀਆਂ ਉਹਦੇ 'ਚ ਗਰਾਉਂਡ ਨਿਪੈਟ ਸੀ, ਖਾਸ ਤੌਰ 'ਤੇ ਜਿੱਦਾਂ ਖਾਦ ਨੇ ਯੂਰੀਆ ਵਗੈਰਾ, ਜੇ ਅਸੀਂ ਜੇ ਵੱਧ ਪਾਉਂਦੇ ਹਾਂ ਪਾਣੀ ਵੱਧ ਲਾਉਂਦੇ ਹੈਗੇ ਹਾਂ ਤਾਂ ਕੀੜੇ ਮਕੌੜੇ ਦਾ ਹਮਲਾ ਵੱਧ ਹੋਣਾ ਹੈਗਾ। ਜੇ ਥੋੜ੍ਹਾ ਜਿਹਾ ਜਿੰਨੀ ਸਿਫਾਰਿਸ਼ ਕੀਤੀ ਹੈ ਦਵਾਈ ਮਿੱਟੀ ਪਰਖ ਦੇ ਆਧਾਰ ਦੇ ਉੱਤੇ ਉਹਨਾਂ ਅਸੀਂ ਜਿਹੜੇ ਰਸਾਇਣ ਨੇ ਜਿਹੜੇ ਖਾਸ ਤੌਰ 'ਤੇ ਖਾਦਾਂ ਨੇ ਉਹਨਾਂ ਦੀ ਵਰਤੋਂ ਕਰੀਏ ਆਪਾਂ ਅਤੇ ਸਹੀ ਸਮੇਂ ਦੇ ਉੱਤੇ ਪਹੁੰਚਾ ਦਈਏ ਤਾਂ ਜਿਹੜੀ ਉਹ ਮਾੜਾ ਮੋਟਾ ਰਸ ਚੂਸਣ ਵਾਲੇ ਕੀੜਿਆਂ ਨੇ ਨੁਕਸਾਨ ਕੀਤਾ ਹੈਗਾ ਉਹਦੀ ਖੁਰਾਕ ਨੂੰ ਉਹਨੇ ਪੂਰਾ ਕਰ ਦੇਣਾ ਹੈਗਾ। ਹੁਣ ਜਿੱਦਾਂ ਸਾਨੂੰ ਵੀ ਕਈ ਵਾਰੀ ਕੋਈ ਮਾੜੀ ਮੋਟੀ ਬਿਮਾਰੀ ਹੁੰਦੀ ਹੈ ਤਾਂ ਅਸੀਂ ਘਰੇ ਦੇਸੀ ਇਲਾਜ ਕਰ ਲੈਂਦੇ ਹਾਂ, ਸੋ ਦੇਸੀ ਇਲਾਜ ਬਾਰੇ ਵੀ ਅਸੀਂ ਤੁਹਾਨੂੰ ਘਰ 'ਚ ਵਿਧੀ ਬਣਾਉਣ ਦੀ ਦੱਸੀ ਵੀ ਨਿੰਮ ਦੇ ਘੋਲ ਬਾਰੇ ਦੱਸਿਆ ਹੈਗਾ। ਤੁਸੀਂ ਘਰੇ ਨਿੰਮ ਦਾ ਘੋਲ ਤਿਆਰ ਕਰਕੇ ਉਹਦੇ ਵਾਸਤੇ 4 ਕਿਲੋ ਨਿੰਮ ਲੈਣੀ ਹੈ ਆਪਾਂ, ਨਿੰਮ ਦੀਆਂ ਨਮੋੜੀਆਂ ਲੈ ਲਈਏ, ਹਰੇ ਪੱਤੀਆਂ ਲੈ ਲਈਏ ਜਾਂ ਦੂਜੇ ਨੇ ਹੈਗਾ ਹਰੀਆਂ ਡੰਡੀਆਂ ਲੈ ਲਈਏ, ਉਹਨਾਂ ਨੂੰ ਘੋਲ ਲੈਣਾ 10 ਲੀਟਰ ਪਾਣੀ ਦੇ 'ਚ ਪਾ ਕੇ ਉਸ ਤੋਂ ਬਾਅਦ ਉਹਨੂੰ ਬੋਇਲ ਕਰਨਾ, ਉਬਾਲਣਾ ਹੈਗਾ ਅੱਧਾ ਘੰਟਾ। ਜਦੋਂ ਉਬਲਣਾ ਹੋ ਜਾਏ ਉਸ ਤੋਂ ਬਾਅਦ ਉਹਨੂੰ ਠੰਡਾ ਕਰ ਲੈਣਾ, ਫਿਰ ਉਹਨੂੰ ਕੱਪੜ ਛਾਣ ਕਰ ਲੈਣਾ ਹੈਗਾ ਜੀ। ਉਹ ਤਕਰੀਬਨ 5 ਕੁ ਲੀਟਰ ਦਾ ਭਾਫ਼ ਬਣ ਕੇ ਉੱਡ ਜਾਣਾ, 4-5-6 ਲੀਟਰ ਜਿਹੜਾ ਪਾਣੀ ਮਗਰ ਬਚ ਜਾਣਾ ਹੈਗਾ ਜੀ। ਜੀ ਉਹ ਜਿਹੜਾ 5 ਲੀਟਰ ਦੇ ਵਿੱਚੋਂ ਤੁਹਾਡਾ 1.25 ਲੀਟਰ ਜਿਹੜਾ ਪਾਣੀ ਲੈ ਕੇ 1200 ਮਿਲੀਲੀਟਰ ਤਕਰੀਬਨ ਹੈਗਾ, ਉਹ ਆਪਾਂ ਪ੍ਰਤੀ ਕਿੱਲੇ ਦੇ ਹਿਸਾਬ ਨਾਲ 100 ਲੀਟਰ 'ਚ ਪਾਣੀ ਪਾ ਕੇ ਸਪਰੇਅ ਕਰ ਦੇਣਾ ਹੈਗਾ। ਉਹਦੇ ਨਾਲ ਤੁਹਾਡਾ ਤਿਲ ਹਰਾ ਚਿੱਟਾ ਮੱਛਰ ਦਾ ਰੁਕ ਹੀ ਜਾਏਗਾ, ਨਾਲ ਹਰੇ ਤਿਲ ਨੂੰ ਵੀ ਵਧਣ ਨਹੀਂ ਦੇਵੇਗਾ, ਸੋ ਉਹਨੂੰ ਵਧੀਆ ਰੋਕਥਾਮ ਕਰ ਸਕਦੇ ਹੈਗੇ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਬਹੁਤ ਵਧੀਆ ਤਰੀਕੇ ਦੇ ਨਾਲ ਸਾਡੇ ਪਾਠਕਾਂ ਨਾਲ ਵੀ ਗੱਲਬਾਤ ਕੀਤੀ ਹੈ, ਉਹਦੇ 'ਚ ਸਾਰੇ ਸ਼ੰਕੇ ਜੋ ਮੈਨੂੰ ਲੱਗਦਾ ਹੈ ਵੀ ਕਾਫ਼ੀ ਹੱਦ ਤੱਕ ਤੁਸੀਂ ਨਿਪਟਾਰਾ ਕਰ ਚੁੱਕੇ ਹੋ। ਜੇ ਫਿਰ ਵੀ ਕੋਈ ਰਹਿ ਗਿਆ ਤਾਂ ਤੁਸੀਂ ਆਪਣਾ ਨਿੱਜੀ ਨੰਬਰ ਵੀ ਸਾਂਝਾ ਕੀਤਾ। ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਧੰਨਵਾਦ। ਪਾਠਕੋ ਆਪਾਂ 1 ਮਿੰਟ ਦੀ ਬ੍ਰੇਕ ਤੋਂ ਬਾਅਦ ਫਿਰ ਮਿਲਦੇ ਹਾਂ ਅਤੇ ਉਹਦੇ 'ਚ ਖਾਸ ਕਰਕੇ ਅਸੀਂ ਪਸ਼ੂ ਧਨ ਦੀ ਗੱਲ ਕਰਨੀ ਹੈ, ਬਰਸਾਤਾਂ ਦੇ ਵਿੱਚ ਅਸੀਂ ਉਹਨਾਂ ਦਾ ਕਿਵੇਂ ਰੱਖ ਰਖਾਵ ਰੱਖਣਾ ਅਤੇ ਉਹਦੇ 'ਚ ਆਪਣੇ ਆਪਾਂ ਜੇ ਕਿ ਖੇਤੀ ਨੂੰ ਵੀ ਹੋਰ ਜ਼ਿਆਦਾ ਮਜ਼ਬੂਤੀ ਦੇਣੀ ਹੈ, ਕਿਉਂਕਿ ਸਾਈਕਲ ਕੰਪਲੀਟ ਉਹ ਪਸ਼ੂ ਧਨ ਦੇ ਨਾਲ ਹੀ ਹੁੰਦਾ ਵਾ। ਮਿਲਦੇ ਹਾਂ ਜੀ 1 ਮਿੰਟ ਬਾਅਦ।